ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲੱਬ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੀਅਰ ਕਲੱਬ ਹਾਊਸ ਪਟਿਆਲਾ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਅਨ ਪ੍ਰਾਈਸ 'ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਦੁਪਹਿਰੇ 12:05 'ਤੇ ਲੈ ਕੇ ਆਉਂਦੇ ਹੁੰਦੇ ਹਾਂ। ਪਰ ਇੱਕ ਦੋ ਦਿਨ ਤੋਂ ਸਾਡੀ ਟਾਈਮਿੰਗਸ ਥੋੜ੍ਹੇ ਜਿਹੇ ਘਰੇਲੂ ਕੁਛ ਕਾਰਨਾਂ ਕਰਕੇ ਅੱਗੇ ਪਿੱਛੇ ਹੋ ਗਏ, ਅਤੇ ਬਹੁਤ ਜਲਦੀ ਆਪਾਂ ਫਿਰ ਸਟ੍ਰੀਮ ਲਾਈਨ ਕਰ ਲਾਂਗੇ, ਠੀਕ ਹੈ। ਅਤੇ ਵੈਸੇ ਸਾਡਾ ਟਾਈਮ ਨੋਰਮਲ 12:05 ਦਾ ਦੁਪਹਿਰ ਦਾ, ਠੀਕ ਹੈ ਜੀ। ਅਤੇ ਜੇ ਤੁਸੀਂ ਸੂਟ ਘਰੇ ਮੰਗਵਾਉਣਾ ਹੈ ਤਾਂ ਉਹਦਾ ਪ੍ਰੋਸੈਸ ਸਿੰਪਲ ਹੈ। ਤਾਂ ਸਾਡਾ ਵਟਸਐਪ ਨੰਬਰ ਜਿਹੜਾ ਸਕਰੀਨ 'ਤੇ ਚੱਲ ਰਿਹਾ, ਇਹਦੇ 'ਤੇ ਤੁਸੀਂ ਸਕਰੀਨਸ਼ੋਟ ਲੈ ਕੇ ਭੇਜਣਾ ਸੂਟ ਦਾ ਜਿਹੜਾ ਤੁਹਾਨੂੰ ਪਸੰਦ ਹੋਵੇ, ਅਤੇ ਫਿਰ ਕੈਸ਼ ਔਨ ਡਿਲੀਵਰੀ ਨੂੰ ਛੱਡ ਕੇ ਹੋਰ ਕਿਸੇ ਮੈਥਡ ਦੇ ਨਾਲ ਪੇਮੈਂਟ ਕਰਨੀ ਹੈ। ਐਡਰੈਸ ਭੇਜਣਾ ਹੈ, ਜਿੱਥੋਂ ਦਾ ਮਰਜ਼ੀ ਭੇਜਿਓ, ਪਿੰਡ ਦਾ ਭੇਜਿਓ, ਸ਼ਹਿਰ ਦਾ ਭੇਜਿਓ, ਸੂਟ ਤੁਹਾਡੇ ਘਰ ਤੱਕ ਆਊਗਾ। ਜੇ ਐਡਰੈਸ ਇੰਡੀਆ ਦਾ ਹੋਇਆ ਫਿਰ ਫ੍ਰੀ ਸ਼ਿਪਿੰਗ ਨਾਲ ਆਊਗਾ, ਠੀਕ ਹੈ ਜੀ। ਅਤੇ ਜੇ ਤੁਸੀਂ ਸ਼ੋਪ 'ਤੇ ਆਉਣਾ ਹੈ ਤਾਂ ਫਿਰ ਐਡਰੈਸ ਨੋਟ ਕਰ ਲਓ, ਕਲੀਅਰ ਕਲੋਥ ਹਾਊਸ, ਜੌੜੀਆਂ ਸੜਕਾਂ, ਨੇੜੇ ਢਿੱਲੋ ਹਨਵਰਡ, ਚੀਕੇ ਵਾਲਾ ਮੋੜ, ਪਟਿਆਲਾ। ਸੰਡੇ ਔਫ ਹੁੰਦਾ ਅਤੇ ਟਾਈਮ ਹੈ 10:00 ਤੋਂ 5:00। ਕਦੇ ਕੋਈ ਕੰਮ ਧੰਦਾ ਨਿਕਲ ਆਵੇ ਤਾਂ ਟਾਈਮ 'ਚ ਹੇਰ ਫੇਰ ਹੋ ਜਾਂਦੀ ਹੈ। ਇਸ ਕਰਕੇ ਜਦ ਵੀ ਆਉਣਾ ਇੱਕ ਫੋਨ ਨਹੀਂ ਭੁੱਲਣਾ ਕਰਨਾ, ਉਹ ਤੁਸੀਂ ਮਸਟ ਕਰਨਾ, ਕਿਉਂਕਿ ਕਈ ਵਾਰੀ ਨਾ ਬੰਦਾ ਬਹੁਤ ਮਤਲਬ ਦੂਜੇ ਸ਼ਹਿਰ ਤੋਂ ਆਇਆ ਹੁੰਦਾ ਹੈ ਜਾਂ ਕਿਤੋਂ ਦੂਰੋਂ ਨੇੜਿਓ, ਅਤੇ ਫਿਰ ਬੰਦੇ ਨੂੰ ਆ ਕੇ ਅੱਛਾ ਨਹੀਂ ਲੱਗਦਾ, ਸਾਨੂੰ ਵੀ ਨਹੀਂ ਲੱਗਦਾ, ਅਤੇ ਇਸ ਕਰਕੇ ਫੋਨ ਤਰਕ ਜ਼ਰੂਰੀ ਕਰ ਲੈਣੇ। ਅਤੇ ਅੱਜ ਆਪਾਂ ਤੁਹਾਨੂੰ ਜਿਹੜੇ ਪੁਰਾਣੇ ਬੰਦੇ ਜੁੜੇ ਹੋਏ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਆਪਾਂ ਤੁਹਾਨੂੰ ਹਮੇਸ਼ਾ ਬ੍ਰਾਂਡਡ ਆਈਟਮਾਂ ਦਿੰਦੇ ਹਾਂ, ਅਤੇ ਉਹਨਾਂ ਵਿੱਚੋਂ ਰਾਮਟੈਕਸ ਨਾਲ ਖਾਸ ਤੌਰ 'ਤੇ ਡੀਲ ਕਰਦੇ ਹਾਂ। ਅਤੇ ਅੱਜ ਆਪਾਂ ਤੁਹਾਨੂੰ ਰਾਮਟੈਕਸ ਦੇ ਹੀ ਸੂਟ ਦੇਣੇ ਆ, ਸਾਰੇ ਸਿਰੇ ਤੋਂ ਸਿਰਾ ਸੂਟ ਦੇਣਾ। ਰਾਮਟੈਕਸ ਦੀ ਓਰੀਜਨਲ ਹੋਣ ਦੀ ਸਾਡੀ ਓਪਨ ਵੀਡੀਓ ਦੇ ਵਿੱਚ ਅਸੀਂ ਜ਼ਿੰਮੇਵਾਰੀ ਚੱਕਦੇ ਹਾਂ, ਜੋ ਵੀ ਚੀਜ਼ ਦਿਖਾਵਾਂਗੇ ਓਰੀਜਨਲ ਰਾਮਟੈਕਸ ਹੋਣ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੈ, ਠੀਕ ਹੈ ਜੀ। ਅਤੇ ਕੋਈ ਵੀ ਚੀਜ਼ ਤੁਹਾਡੇ ਕੋਲ ਬਦਲ ਕੇ ਨਹੀਂ ਆਊਗੀ ਗਲਤੀ ਨਾਲ, ਸਾਡੇ ਕੋਲ ਰੰਗ ਕਦੇ ਗਲਤੀ ਨਾਲ, ਜਿਹੜੇ ਕਿ ਸਿਰਫ 1% ਚਾਂਸ ਹੁੰਦੇ ਆ, ਉਹ ਉਸ ਤਰ੍ਹਾਂ ਹੋ ਜਾਵੇ ਤਾਂ ਅਸੀਂ ਜਵਾਬ ਦੇ ਹੁੰਦੇ ਹਾਂ, ਅਤੇ ਅਦਰਵਾਈਜ਼ ਜੋ ਤੁਸੀਂ ਚੀਜ਼ ਪਸੰਦ ਕਰੋਗੇ ਸੇਮ ਹੀ ਆਊਗੀ। ਜਿਹੜਾ ਆਪਾਂ ਹੁਣ ਸੂਟ ਖੋਲਿਆ ਇਹ ਹੈ ਰਾਮਟੈਕਸ ਦੀ ਕੈਮਰਿਕ, ਅਤੇ ਜਿੰਨਾ ਤੁਹਾਨੂੰ ਇਹਦੇ ਉੱਤੇ ਆਹ ਕਲਰਫੁੱਲ ਦਿਖ ਰਿਹਾ, ਇਹ ਸਾਰਾ ਵਰਕ ਹੈ। ਸਟਾਈਲ ਦੇਖੋ ਵਰਕ ਦਾ, ਥੱਲਿਓ ਸ਼ੁਰੂ ਹੋ ਕੇ ਉੱਪਰ ਤੱਕ ਗਲੇ ਤੱਕ ਤੁਹਾਡੇ ਦਾ ਵਰਕ ਜਾਣਾ, ਠੀਕ ਹੈ। ਫਰੰਟ ਸਾਰਾ ਤੁਹਾਡਾ ਭਰ ਜਾਣਾ, ਅਤੇ ਆਹ ਤੁਹਾਨੂੰ ਮਿਲਣੇ ਹੈ ਪੋਟਲੀ ਬਟਨ, ਪਿਓਰ ਕੈਮਰਿਕ ਕੋਟਨ ਹੋਊਗੀ, ਵਿਦਆਊਟ ਲਾਈਨਿੰਗ ਬਣੂਗੀ, ਲਾਈਨਿੰਗ ਲਵਾਉਣੀ ਹੈ ਤੁਹਾਡੀ ਇੱਛਾ ਹੈ, ਠੀਕ ਹੈ। ਅਤੇ ਫਿਰ ਤੁਹਾਨੂੰ ਮਿਲੂਗਾ ਬਹੁਤ ਹੀ ਖੂਬਸੂਰਤ ਘੇਰੇ ਦੇ ਉੱਤੇ ਇਸ ਤਰ੍ਹਾਂ ਵਰਕ ਪੱਟੀ, ਠੀਕ ਹੈ। ਅਤੇ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ, ਰੈਡਿਸ਼ ਜਿਹਾ ਕਲਰ ਹੈ, ਹਾਂਜੀ ਹਾਂ। ਅਤੇ ਵਰਕ ਫਿਰ ਮੈਂ ਅਗੇਨ ਰਿਪੀਟ ਕਰਦੀ ਹਾਂ, ਪੜ੍ਹੇ ਲਿਖਿਆ ਉਹ ਪੜ੍ਹਿਆ ਲਿਖਿਆ ਜਿਹਾ ਵਰਕ ਹੈ, ਸਟਾਈਲ ਹੈ ਵਰਕ ਦੇ ਵਿੱਚ, ਠੀਕ ਹੈ। ਅਤੇ ਲੈਂਥ ਦੀ ਜ਼ਰੂਰਤ ਨਹੀਂ, ਕਿਉਂਕਿ ਟੁੱਟਵਾਂ ਜਿਹਾ ਵਰਕ ਹੈ, ਜਿੱਥੋਂ ਮਰਜ਼ੀ ਤੁਸੀਂ ਗਲਾ ਬਣਾ ਸਕਦੇ ਹੋ, ਵੈਸੇ ਰਨਿੰਗ ਦੇ ਵਿੱਚ ਹੋਣ ਕਰਕੇ ਵੀ ਕੋਈ ਜ਼ਰੂਰਤ ਨਹੀਂ। ਅਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਵੀ ਦੇਣਾ ਆਪਾਂ, ਮਾਈ ਗੋਡ, ਮਸਲੀਨ ਦਾ ਦੁਪੱਟਾ, ਅਤੇ ਉਹਦੇ ਉੱਤੇ ਸਾਰਾ ਵਰਕ ਜਿੰਨਾ ਤੁਹਾਨੂੰ ਆਹ ਦਿਖ ਰਿਹਾ ਨਾ, ਆਹ ਫੁੱਲ ਫੁੱਲ ਸਾਰੇ ਵਰਕ ਦੇ, ਮੈਂ ਇੱਕ ਤੁਹਾਨੂੰ ਫੋਕਸ ਕਰਕੇ ਦਿਖਾਉਂਦੀ ਹਾਂ, ਇੱਦਾਂ ਥਰੈਡ ਵਰਕ ਹੋਇਆ ਵਿਆ ਹੋਊਗਾ, ਠੀਕ ਹੈ। ਅਤੇ ਫਿਰ ਘੇਰੇ ਦੇ ਉੱਤੇ ਘੇਰੇ ਦੇ ਉੱਤੇ ਪੱਟੀ ਹੈ, ਉਵੇਂ ਸਾਰੀ ਦੁਪੱਟੇ ਦੇ ਉੱਤੇ ਵਰਕ, ਠੀਕ ਹੈ। ਅਤੇ ਫਿਰ ਰਹਿੰਦੀ ਕਸਰ ਟੈਸਲਸ, ਦੇਖੋ ਕਿੰਨੀ ਸੋਹਣੀ ਚੱਲ ਰਿਹਾ, ਇਹ ਸਿਰਫ ਤੁਹਾਨੂੰ ਲੜਾਂ ਦੀ ਮਿਲੂਗੀ ਕਾਟਨ ਦੀ, ਠੀਕ ਹੈ। ਅਤੇ 2.5 ਮੀਟਰ ਦਾ ਦੁਪੱਟਾ ਹੋਊਗਾ, ਅਤੇ ਇੰਨੇ ਖੂਬਸੂਰਤ ਸੂਟ ਦੀ ਤੁਹਾਨੂੰ ਜਿਹੜੀ ਪ੍ਰਾਈਸ ਮਿਲਣੀ ਹੈ, ਤੀਆਂ ਆਉਣ ਵਾਲੀਆਂ ਆਪਣੀਆਂ ਬੇਟੀਆਂ ਲਈ, ਨੂੰਹਾਂ ਲਈ, ਇਹ ਵਾਲੇ ਸੂਟ ਬਹੁਤ ਸੋਹਣੇ ਰਹਿਣੇ ਆ, 2470। 2470 ਦੇ ਵਿੱਚ ਇੰਨਾ ਸਾਰਾ ਵਰਕ ਦੁਪੱਟੇ 'ਤੇ, ਇੰਨਾ ਸਾਰਾ ਸੂਟ ਦੇ ਉੱਤੇ, ਅਤੇ ਸਟਾਈਲ ਦੇ ਵਿੱਚ ਸੂਟ ਰਾਮਟੈਕਸ ਬ੍ਰਾਂਡ ਦਾ, ਸਿਰਫ 2470 'ਚ ਤੁਹਾਡੇ ਘਰ ਆ ਜਾਣੇ ਵਿਦਆਊਟ ਐਨੀ ਐਕਸਟਰਾ ਸ਼ਿਪਿੰਗ। ਲਓ ਜੀ, ਹੁਣ ਤੁਹਾਨੂੰ ਮੇਰੇ ਕਲਰ ਦਿਖਾਉਣੀ ਹੈ, ਸਾਰੇ ਕਲਰ ਬਹੁਤ ਸੋਹਣੇ ਹੈ। ਮਹਿੰਦੀ ਕਲਰ, ਮੂੰਗੀਆਂ ਮਹਿੰਦੀ ਜਿਹਾ ਹੁੰਦਾ ਜਿਹੜਾ, ਬਹੁਤ ਸੋਹਣਾ ਜਿਹਾ, ਹੈ ਨਾ, ਗ੍ਰੀਨਿਸ਼ ਜਿਹਾ ਪ੍ਰੋਪਰ ਜੀ ਮਾਰਦੀ ਹੈ, ਕਾਲਾ ਕਾਲਾ ਜਾਣੀ ਗਾ ਵਾਲਾ,
ਲਓ ਆਹ ਉਠਾ ਇਹ ਸੂਟਾਂ ਦੇ ਉੱਤੇ ਕਲਰ ਕੰਬੀਨੇਸ਼ਨ ਦੇਖੋ ਕਿੰਨੀ ਪਿਆਰੀ ਲੱਗੀ ਹੋਈ ਹੈ। ਠੀਕ ਹੈ, ਹੁਣ ਖੁੱਲ੍ਹੀ ਗਿਆ ਤਾਂ ਪੂਰਾ ਖੋਲ੍ਹ ਦਿੰਦੀ ਹੈ। 5 ਮਿੰਟ ਰਨਿੰਗ ਦੇ ਵਿੱਚ ਸੂਟ ਹੋਊਗਾ, ਪਿਓਰ ਕੈਮਰੀ ਕੋਟਨ ਹੋਊਗੀ। ਲਓ ਅਤੇ ਆਹ ਇਹਦਾ ਦੁਪੱਟਾ, ਪ੍ਰਾਈਸ ਮਿਲ ਰਿਹਾ ਸਿਰਫ ਤੁਹਾਨੂੰ 2470 2470 'ਚ ਸੂਟ ਤੁਹਾਡੇ ਘਰ, 5 ਮਿੰਟ ਰਨਿੰਗ ਦੇ ਵਿੱਚ ਸੂਟ। ਨੈਕਸਟ ਹੈ ਜੀ ਮੋਰ ਪੰਖੀ। ਹਾਂਜੀ ਫਿਰ ਜੀ ਮੋਰ ਪੰਖੀ 'ਚ ਕਲਰ ਹੈ ਜਿਹੜਾ ਵੀ ਹੈ, ਬਸ ਕਲਰ ਤੁਹਾਡੇ ਕੋਲ ਆ ਗਿਆ। ਬਹੁਤ ਹੀ ਪਿਆਰਾ ਜਿਹਾ ਕਲਰ ਹੈ, ਡਿਫਰੈਂਟ ਹੈ, ਨਿਊ ਲੁੱਕ, ਅਤੇ ਉਹਦੇ ਉੱਪਰ ਡਿਫਰੈਂਟ ਸਟਾਈਲ ਦੇ ਵਿੱਚ ਵਰਕ। ਅਤੇ ਇਹ ਹੋਊਗਾ ਦੁਪੱਟਾ। ਠੀਕ ਹੈ, ਪ੍ਰਾਈਸ 2470। ਲਓ ਜੀ ਅਗਲਾ ਕਲਰ ਦੇਖੋ, ਮਸਟਰਡ ਪ੍ਰੋਪਰ ਮਸਟਰਡ ਨਹੀਂ ਹੈਗਾ, ਜਿਹੜਾ ਵੀ ਹੈ ਠੀਕ ਆਇਆ ਬਿਲਕੁਲ। ਹਾਂ ਬਹੁਤ ਸੋਹਣਾ, ਥੋੜ੍ਹਾ ਕੁ ਸੇਮ ਆਇਆ, ਬਹੁਤ ਸੋਹਣਾ ਨਵਾਂ ਜਿਹਾ ਕਲਰ ਹੈ, ਡੈਫੀਨੇਟਲੀ ਤੁਹਾਡੀ ਅਲਮਾਰੀ 'ਚ ਨਹੀਂ ਹੋਣਾ। ਲਓ ਜੀ, ਵੈਸੇ ਇਸ ਤਰ੍ਹਾਂ ਹੁੰਦਾ ਨਹੀਂ ਕਿ ਲੇਡੀਜ਼ ਕੋਲੇ ਰੰਗ ਨਾ ਹੋਵੇ, ਰੰਗ ਤਾਂ ਸਾਡੇ ਕੋਲੇ ਸਾਰੇ ਹੁੰਦੇ ਆ। ਠੀਕ ਹੈ, ਕੰਪਨੀਆਂ ਦਾ ਪੂਰਾ ਜ਼ੋਰ ਲੱਗਿਆ ਵੀ ਹਰ ਵਾਰੀ ਕੋਈ ਨਵਾਂ ਮਾਰਕਾ ਮਾਰੀਏ, ਪਰ ਫਿਰ ਵੀ ਗੱਡੀਆਂ ਕੋਲੇ ਸਾਰੇ ਰੰਗ ਹੁੰਦੇ ਨੇ, ਇਸ ਕਰਕੇ ਤੁਸੀਂ ਡਿਜ਼ਾਇਨ ਦੇਖਣਾ, ਰੰਗ ਤਾਂ ਬਹੁਤਾ ਸਟਿੱਕ ਨਹੀਂ ਕਰਨਾ, ਰੰਗ ਤੁਹਾਡੇ ਕੋਲ ਸਾਰੇ ਆ ਮੈਨੂੰ ਪਤਾ ਹੈ। ਆਹ ਲਓ ਜੀ ਆਹ ਦੁਪੱਟਾ, ਪ੍ਰਾਈਸ ਮਿਲਣਾ ਸਿਰਫ 2470। ਸੂਟ ਏ ਕਲਾਸ ਆਊਗਾ, ਰਾਮਟੈਕਸ ਓਰੀਜਨਲ, ਫੋਨ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੈ, ਹਮੇਸ਼ਾ ਅਸੀਂ ਵੀਡੀਓ 'ਚ ਆਪਣੀ ਚੀਜ਼ ਦੀ ਜ਼ਿੰਮੇਵਾਰੀ ਚੱਕਦੇ ਹਾਂ। ਠੀਕ ਹੈ ਜੀ, ਸੇਮ ਚੀਜ਼ ਆਊਗੀ ਤੁਹਾਡੇ ਕੋਲ ਜੋ ਦਿਖਾਵਾਂਗੇ। ਠੀਕ ਹੈ, ਨੈਕਸਟ ਤੁਹਾਨੂੰ ਦਿਖਾਉਣੇ ਹੈ ਅਗਲੀ ਕੈਟੇਗਰੀ। ਠੀਕ ਹੈ, ਲਓ ਜੀ ਇਹ ਵੀ ਰਾਮਟੈਕਸ ਦੀ ਹੋਊਗੀ, ਪੂਰੀ ਵੀਡੀਓ ਰਾਮਟੈਕਸ ਦੀ ਹੈ। ਲਓ ਜੀ ਲੇਸ ਵੀ ਹੈ, ਵਰਕ ਹੈ, ਸਾਰਾ ਵਰਕ ਦੇ ਨਾਲ ਦੋ ਪੈਨਲ ਬਣਾਏ ਹੋਏ, ਬਰੀਕ ਪੇਂਟ ਹੈ, ਪਹਿਲਾਂ ਨੋਟ ਕਰ ਲਓ। ਠੀਕ ਹੈ, ਫਿਰ ਉਹਦੇ ਉੱਤੇ ਗਲੇ ਦੇ ਉੱਤੇ ਕਲਰਫੁੱਲ ਜੀ ਟੱਚ ਦਿੱਤੀ ਹੋਈ ਹੈ, ਇਹ ਵੀ ਸਾਰਾ ਵਰਕ ਹੈ। ਠੀਕ ਹੈ, ਫਿਰ ਤੁਹਾਨੂੰ ਮਿਲੂ ਘੇਰਾ, ਬਹੁਤ ਪਿਆਰਾ, ਇੱਕ ਲਾਈਨ ਕਲਰਫੁੱਲ ਵਰਕ ਦੀ ਅਤੇ ਬਾਕੀ ਵਾਈਟ। ਠੀਕ ਹੈ, ਔਫ ਵਾਈਟ ਹੈ, ਤੁਸੀਂ ਮਰਜ਼ੀ ਹੈ ਤੁਹਾਡੀ, ਆਪਣੇ ਟੇਲਰ ਤੋਂ ਇਹਦੇ ਕਟਾਂ ਵੀ ਕਟਵਾ ਸਕਦੇ ਹੋ, ਤੁਸੀਂ ਇੱਦਾਂ ਸਿੱਧਾ ਰੱਖਣਾ ਸਿੱਧਾ ਰੱਖ ਸਕਦੇ ਹੋ। ਠੀਕ ਹੈ ਜੀ, ਘੇਰਾ ਉਹੀ 26 ਤੋਂ 28 ਹੁੰਦਾ ਇਹਨਾਂ ਦਾ, ਅਤੇ ਫੈਬਰਿਕ ਮਿਲੂਗਾ ਤੁਹਾਨੂੰ ਕੈਮਰੀ ਕੋਟਨ ਹੈ। ਠੀਕ ਹੈ, ਪਿਓਰ ਕੈਮਰੀ ਕੋਟਨ ਹੋਊਗੀ, ਅਤੇ ਨਾਲ ਤੁਹਾਨੂੰ ਮਿਲੂਗਾ ਇਹ ਬੋਟਮ ਦਾ ਪ੍ਰਿੰਟ। ਠੀਕ ਹੈ, ਵਿਦਆਊਟ ਲਾਈਨਿੰਗ ਬਣੂਗਾ, ਅਤੇ ਕਲਰ ਤੁਸੀਂ ਨੋਟ ਕਰ ਲਓ ਜਿਹੜਾ ਵੀ ਹੈਗਾ, ਹਲਕਾ ਸੀ ਹਲਕਾ ਫਿਰੋਜ਼ੀ ਫਿਰੋਜ਼ੀ ਜਿਹਾ ਹੀ ਹੈ। ਹਾਂ ਫਿਰੋਜ਼ੀ ਜਿਹਾ ਸੂਟ ਹੈ, ਅਤੇ ਨਾਲ ਮੈਂ ਸੂਏ ਦਾ ਦੁਪੱਟਾ ਦਿਖਾਉਂਦੀ ਹਾਂ, ਪਿਓਰ ਦਾ ਦੁਪੱਟਾ ਹੋਊਗਾ, ਬਹੁਤ ਏ ਕਲਾਸ ਆਹ ਲੁੱਕ ਆਊਗੀ ਸੂਟ ਦੀ। ਅਗਲਾ ਕਲਰ ਮੈਂ ਤੁਹਾਨੂੰ ਆਹੀ ਦਿਖਾਉਣਾ। ਠੀਕ ਹੈ, ਲਓ ਜੀ ਪਿਓਰ ਦਾ ਦੁਪੱਟਾ 2.5 ਮੀਟਰ ਦਾ, ਪਹਿਲਾਂ ਮੈਂ ਇਕੱਲਾ ਦੁਪੱਟਾ ਤੁਹਾਨੂੰ ਦੂਰਾ ਕਰਕੇ ਦਿਖਾਉਂਦੀ ਹਾਂ, ਇੱਦਾਂ ਆਹ ਪ੍ਰਿੰਟਿੰਗ ਹੋਈ। ਠੀਕ ਹੈ, ਕਹਿਰਾ ਕਰਕੇ ਦਿਖਾਉਣੀ ਹੈ, ਪਿਓਰ ਸ਼ਿਫੋਨ ਦਾ ਦੁਪੱਟਾ 2.5 ਮੀਟਰ ਖੁੱਲ੍ਹਾ ਡੁੱਲਾ, ਅਤੇ ਲੇਸ ਲਾ ਕੇ ਕੋਟਨ ਲੇਸ ਲੱਗੀ ਹੋਊਗੀ, ਫਾਈਨਲ ਕੀਤਾ ਹੋਇਆ, ਕੋਈ ਐਕਸਟਰਾ ਖਰਚਾ ਨਹੀਂ ਕਰਨਾ ਤੁਸੀਂ, ਕੁਛ ਨਹੀਂ ਕਰਨਾ। ਠੀਕ ਹੈ, ਇਹਦੀ ਲੇਸ ਮੈਨੂੰ ਥੋੜ੍ਹੀ ਢਿੱਲੀ ਲੱਗੀ ਹੋਈ, ਹਾਂ ਸਹੀ ਕਰਨੀ ਪਊ, ਲੇਸ ਥੋੜ੍ਹੀ ਜਿਹੀ ਇਹਦੇ ਵਿੱਚ ਮੈਨੂੰ ਲੱਗਣ 'ਚ ਥੋੜ੍ਹਾ ਜਿਹਾ ਜਿਵੇਂ ਕਿਤੇ ਕਿਤੇ ਇਕੱਠੀ ਜਿਹੀ ਹੋਈ ਵੀ ਹੈ, ਇਹ ਤੁਸੀਂ ਤੁਹਾਡੇ ਟੇਲਰ ਨੂੰ ਸਹੀ ਕਰਨੀ ਪਊਗੀ, ਜਾਂ ਤੁਸੀਂ ਉਤਰਵਾ ਕੇ ਹੋਰ ਫਾਈਨ ਲਵਾਉਣੀ ਹੋਈ ਉਹ ਆ ਸਕਦਾ ਆਪਣੀ ਮਰਜ਼ੀ ਦੀ। ਠੀਕ ਹੈ, ਅਤੇ ਪ੍ਰਾਈਸ ਮਿਲੂਗਾ ਇੰਨੇ ਖੂਬਸੂਰਤ ਸੂਟ ਦਾ, 3 ਮੀਟਰ ਦੀ ਬੋਟਮ ਹੋਊਗੀ ਇਹਦੀ, ਅਤੇ ਇਹਦਾ ਤੁਹਾਨੂੰ ਪ੍ਰਾਈਸ ਮਿਲਣਾ 2370। ਇਹ ਸੂਟ ਤੁਹਾਡੇ 2370 'ਚ ਤੁਹਾਡੇ ਘਰ ਆ ਜਾਣਾ, ਇੰਨੇ ਸਾਰੇ ਵਰਕ ਵਾਲਾ। ਠੀਕ ਹੈ ਜੀ, ਨੈਕਸਟ ਇਹ ਕਲਰ, ਜਿਹੜਾ ਮਰਜ਼ੀ ਏਜ ਗਰੁੱਪ ਹੈ ਹਰ ਕਿਸੇ ਨੂੰ ਸੂਟ ਕਰਦੇ, ਕਲਰ ਕੰਬੀਨੇਸ਼ਨ ਫਰਮ ਨੇ ਦੇਣੀ ਹੈ। ਠੀਕ ਹੈ,
ਲਓ ਮਾਊਸ ਗ੍ਰੇ ਜਾ ਗ੍ਰੇ ਤੇ ਮਾਊਸ ਦਾ ਮਿਕਸਚਰ ਜਿਹਾ ਹੈ ਹਾਂਜੀ ਬਹੁਤ ਪਿਆਰਾ ਜਿਹਾ ਗ੍ਰੇ ਕਲਰ ਹੁੰਦਾ ਜਿਹੜਾ ਲਓ ਜਿਹੜਾ ਮਰਜ਼ੀ ਗਰੁੱਪ ਹੈ ਆਰਾਮ ਨਾਲ ਤੁਸੀਂ ਸੂਟ ਬਣਾਉਣੇ ਅਤੇ ਮਟਕਾਉਣੇ ਅਤੇ ਸਾਨੂੰ ਸਿਰਫ ਤੁਸੀਂ ਪੈਸੇ ਦੇਣੇ ਹੈ 2370 2370 ਸੂਟ ਤੁਹਾਡੇ ਘਰ ਆ ਜੂਗਾ ਏ ਕਲਾਸ ਆਈਟਮ ਬਸ ਤੁਸੀਂ ਸਾਡੀ ਇੰਨੀ ਕਿਰਪ ਕਰਦੇ ਕਰੋ ਕਿ ਸ਼ੇਅਰ ਕਰਦੇ ਕਰੋ ਵੀਡੀਓ ਉਹ 'ਚ ਸਾਡੀ ਵੀ ਹੈਲਪ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਸੀਨੀਅਰ ਬੰਦਿਆਂ ਦੀ ਵੀ ਹੋ ਜਾਂਦੀ ਹੈ ਲਓ ਜੀ ਇਹਦਾ ਡਿਜ਼ਾਈਨ ਚੇਂਜ ਆ ਗਿਆ ਹਾਂ ਇਹਦਾ ਗਲਾ ਸਟਾਈਲ ਚੇਂਜ ਹੈ ਨੋਟ ਕਰ ਲਓ ਉਹਨਾਂ ਦੇ ਮੈਂ ਗਲੇ ਮਿਣਕੀ ਨਹੀਂ ਸੀ ਲੈਂਥ ਨਹੀਂ ਸੀ ਮੇਰੀ ਕਿਉਂਕਿ ਗਲਾ ਬਹੁਤ ਲੰਬਾ ਸੀ ਪੱਟੀ ਵਾਲੀ 'ਚ ਵਾਲੀ ਲੋੜ ਨਹੀਂ ਪੈਂਦੀ ਮਿਣਨ ਦੀ ਇਹਦੀ ਅਸੀਂ ਤੁਹਾਨੂੰ ਮਿਣ ਕੇ ਦੱਸ ਦਾਂਗੇ ਕਿੰਨਾ ਦੇਖੋ ਬਰੀਕ ਥਰੈਡ ਦਾ ਵਰਕ ਦੇਖਿਓ ਕਿੰਨਾ ਬਰੀਕ ਬਹੁਤ ਪਿਆਰਾ ਜਿਹਾ ਅਤੇ ਫਿਰ ਦੋ ਪੈਨਲ ਇਹਦੇ 'ਚ ਵੀ ਬਣੇ ਹੋਏ ਆ ਵਰਕ ਵਾਲੇ ਠੀਕ ਹੈ ਅਤੇ ਫਿਰ ਘੇਰਾ ਸੇਮ ਹੈ ਘੇਰਾ ਉਵੇਂ ਹੀ ਬਸ ਸਿਰਫ ਗਲੇ ਦਾ ਸਟਾਈਲ ਚੇਂਜ ਕੀਤਾ ਹੈ ਇਹ ਘੇਰਾ ਠੀਕ ਹੈ ਇਹ ਤੁਹਾਨੂੰ ਮਿਲੂ ਬੋਟਮ ਬਾਕੀ ਸਾਰੀ ਚੀਜ਼ ਸੇਮ ਰਹੇਗੀ ਤੁਸੀਂ ਇਹਦੇ ਗਲੇ 'ਤੇ ਡਿਜ਼ਾਈਨ ਬਣਾਤਾ ਉਹ ਮੈਂ ਤੁਹਾਨੂੰ ਮਿਣ ਕੇ ਦੱਸ ਦਿੰਦੀ ਹਾਂ ਕਿੰਨੀ ਲੈਂਥ ਤਿਆਰ ਹੋ ਜੂਗੀ ਤੁਹਾਡੀ ਵੈਸੇ ਇਹਦੇ 'ਚ ਲੈਂਥ ਦਾ ਕੋਈ ਇਸ਼ੂ ਹੋਣਾ ਨਹੀਂ ਕਿਉਂਕਿ ਲੇਸਿਸ ਅੱਗੇ ਪਿੱਛੇ ਜਿਵੇਂ ਮਰਜ਼ੀ ਕਰ ਲਓ ਤੁਸੀਂ ਫਿਰ ਵੀ ਚਲੋ ਅਸੀਂ ਇੱਕ ਵਾਰੀ ਮਿਣ ਦਿੰਦੇ ਹਾਂ ਕਿ ਰੈਡੀ ਕਿੰਨਾ ਹੈ ਹੁਣ ਲਓ ਜੀ 43 ਤਾਂ ਹੁਣ ਇਹ ਰੈਡੀ ਹੈ 43 ਪਲੱਸ ਅਤੇ ਪਲੱਸ ਮਾਈਨਸ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਠੀਕ ਹੈ 43 ਤੱਕ ਤਾਂ ਇਹ ਸੱਚ ਹੀ ਰੈਡੀ ਹੈ ਠੀਕ ਅਤੇ ਹੁਣ ਤੁਹਾਨੂੰ ਮਿਲੂਗਾ ਦੇਖੋ ਸੂਟ ਬਹੁਤ ਪਿਆਰਾ ਜਿਹਾ ਸੂਟ ਹੈ ਬਹੁਤ ਪਿਆਰਾ ਕੁਛ ਚੀਜ਼ਾਂ ਤਾਂ ਨਾ ਸਾਡੀ ਸ਼ੋਪ 'ਤੇ ਮਤਲਬ ਔਫਲਾਈਨ ਹੀ ਇੰਨੀਆਂ ਨਿਕਲ ਜਾਂਦੀਆਂ ਕਿ ਸਾਡਾ ਫਿਰ ਵੀਡੀਓ 'ਚ ਪਾਉਣ ਲਈ ਕੁਛ ਬਚਦਾ ਨਹੀਂ ਝਾੜ ਦੀ ਵਿੱਚ ਚਮਕੇ ਲਓ ਜੀ ਇਹ ਹੈਗਾ ਜੀ ਚਿਕਨ ਦੇ ਉੱਤੇ ਆ ਦੇਖੋ ਇੱਦਾਂ ਚਿਕਨ ਹੈ ਸਾਰੀ ਫਰੰਟ ਦੇ ਉੱਤੇ ਬੈਕ ਵੀ ਹਾਂਜੀ ਠੀਕ ਹੈ ਸ਼ਰਟ ਸਾਰੀ ਇਸ ਤਰ੍ਹਾਂ ਦੀ ਹੋਊਗੀ ਚਿਕਨ ਵਾਲੀ ਉਹਦੇ ਵਿੱਚ ਲੇਸ ਪੈਨਲ ਵਰਕ ਹੈ ਵਰਕ ਪੈਨਲ ਬਣਾਏ ਹੋਏ ਤਿੰਨ ਫਿਰ ਉਹਦੇ ਉੱਤੇ ਕਲਰਫੁੱਲ ਵਰਕ ਅਤੇ ਵਿੱਚ ਵਿੱਚ ਸਰੋਸਕੀ ਦਾ ਦਾਗ ਠੀਕ ਹੈ ਫੁੱਲ ਫਰੰਟ ਇਸ ਤਰ੍ਹਾਂ ਮਿਲੂਗਾ ਫਿਰ ਤੁਹਾਨੂੰ ਮਿਲ ਰਿਹਾ ਘੇਰਾ ਠੀਕ ਹੈ ਜੀ ਅਤੇ ਘੇਰੇ ਦੇ ਉੱਤੇ ਪਹਿਲਾਂ ਕਲਰਫੁੱਲ ਵਰਕ ਹੈ ਫਿਰ ਸੇਮ ਵਰਕ ਹੈ ਲੇਸ ਲੱਗੀ ਹੋਈ ਹੈ ਐਂਡ 'ਚ ਦੇਖੋ ਠੀਕ ਹੈ ਡਬਲ ਡਬਲ ਲੇਸ ਲੱਗੀ ਹੋਈ ਹੈ ਅਤੇ ਇਹਦੇ ਨਾਲ ਤੁਹਾਨੂੰ ਬੋਟਮ ਮਿਲਣੀ ਹੈ ਕੈਮਰਿਕ ਆਪਣੀ ਏਅਰ ਕੂਲ ਦੀ ਠੀਕ ਹੈ ਏਅਰ ਕੂਲ ਦੀ ਬੋਟਮ 3 ਮੀਟਰ ਦੀ ਮਿਲੂਗੀ ਪਲੇਨ ਠੀਕ ਹੈ ਸ਼ਰਟ ਨੂੰ ਲਾਈਨਿੰਗ ਲੱਗੂਗੀ ਕਿਉਂਕਿ ਅਗਰ ਤੁਸੀਂ ਅੰਡਰ ਸ਼ਰਟ ਨਾ ਪਾ ਸਕਦੇ ਹੋ ਅਸੀਂ ਤਾਂ ਬਲੈਕ ਅੰਡਰ ਸ਼ਰਟ ਪਾ ਲਓਗੇ ਤੁਸੀਂ ਤਾਂ ਐਂ ਵੀ ਚੱਲੂਗਾ ਮਤਲਬ ਫੈਬਰਿਕ ਨੂੰ ਜ਼ਰੂਰਤ ਨਹੀਂ ਹੈ ਦੁਪੱਟਾ ਦੇਵਾਂਗੇ ਆਪਾਂ ਪੂਰਾ ਕਾਲਾ ਸ਼ਾਹ ਰੰਗ ਹੈ ਠੀਕ ਹੈ ਅਤੇ ਫਿਰ ਦੁਪੱਟਾ ਇਹਨੂੰ ਬ੍ਰੇਕ ਦਊਗਾ ਲਓ ਜੀ ਦੇਖੋ ਸਾਰੇ ਦੁਪੱਟੇ ਦੇ ਉੱਤੇ ਤੁਹਾਨੂੰ ਮਿਲ ਰਿਹਾ ਜੀ ਪੇਂਟ ਬਰੱਸ਼ ਪੇਂਟ ਠੀਕ ਹੈ ਅਤੇ ਇਹ ਤੁਹਾਨੂੰ ਦੋ ਲੇਸਾਂ ਪਾ ਕੇ ਇੱਧਰ ਇੱਕ ਪੱਟੀ ਇੱਧਰ ਜੁੜੀ ਹੋਈ ਹੈ ਇੱਕ ਲੇਸ ਪਾ ਕੇ ਇੱਧਰ ਜੁੜੀ ਹੋਈ ਹੈ ਠੀਕ ਹੈ ਅਤੇ ਨਾਲ ਬਲੈਕ ਕਲਰ ਦੀ ਕੋਟਨ ਲੇਸ ਲੱਗੀ ਹੋਈ ਹੈ ਠੀਕ 2.5 ਮੀਟਰ ਦਾ ਮਸਲੀਨ ਦਾ ਦੁਪੱਟਾ ਪਤਲੀ ਵਾਲੀ ਮਸਲੀਨ ਠੀਕ ਹੈ ਅਤੇ ਇੰਨੇ ਸੋਹਣੇ ਜਿਹੇ ਸੂਟ ਦਾ ਇਸ ਨਾਲ ਦੇ ਬੱਚੇ ਦਾ ਪ੍ਰਾਈਸ ਕੀ ਹੈ 2870 ਸਿਰਫ 2870
2870 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਣੇ। ਪਿਓਰ ਕਾਟਨ ਦਾ ਸੂਟ ਹੋਊਗਾ, ਕੋਈ ਮਿਕਸੀ ਨਹੀਂ, ਆਰਾਮ ਨਾਲ ਸੂਟ ਬਣਾਉਣਾ ਅਤੇ ਸਮਾਉਣਾ। ਲਓ ਜੀ ਇੱਕ ਕਲਰ ਇੱਕ ਤੁਹਾਨੂੰ ਹੋਰ ਦਿੰਦੇ ਹਾਂ, ਫਿਰ ਬਾਕੀ ਕਲਰ ਕੁਛ ਆਫਲਾਈਨ ਨਿਕਲ ਨਿਕਲ ਗਏ। ਲਓ ਜੀ ਇਹ ਜਿਹੜਾ ਸੂਟ ਹੈ ਇਹ ਆਰਟੈਕਸ ਦਾ, ਜਿਹੜਾ ਨਾਲ ਬਲੈਕ ਦਿਖਾਇਆ ਸੀ ਉਹ ਵੀ ਠੀਕ ਹੈ। ਕਈ ਵਾਰੀ ਫਲੋ ਦੇ ਵਿੱਚ ਜਦੋਂ ਦਿਖਾਉਂਦੇ ਹਾਂ ਸਾਨੂੰ ਧਿਆਨ ਨਹੀਂ ਰਹਿੰਦਾ ਲੋਗੋ ਦੇਖਣ ਦਾ, ਇਹ ਆਰਟੈਕਸ ਦਾ ਹੋਊਗਾ ਠੀਕ ਹੈ। ਅਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਮੈਨੂੰ ਹੱਥ ਲਾਏ, ਜਿਹੜਾ ਅਸੀਂ ਸਾਰਾ ਦਿਨ ਕੱਪੜੇ ਫਿਰਨੀ ਹੈ ਮੈਨੂੰ ਪਤਾ ਨਹੀਂ ਲੱਗਿਆ ਕਿ ਰਾਮਟੈਕਸ ਹੈ ਕਿ ਆਰਟੈਕਸ ਹੈ। ਤਾਂ ਤੁਸੀਂ ਦੇਖ ਲਓ ਵੀ ਸਟੈਂਡਰਡ ਕੀ ਹੋਊਗਾ ਸੂਟ ਦਾ, ਸੇਮ ਸਟੈਂਡਰਡ ਹੋਊਗਾ ਰਾਮਟੈਕਸ ਵਾਲਾ ਠੀਕ ਹੈ। ਅਤੇ ਇਹਦੇ ਵਿੱਚ ਕਲਰ ਤੁਸੀਂ ਨੋਟ ਕਰ ਲਓ, ਅਤੇ ਉਹਦੇ ਉੱਤੇ ਮਿੱਠਾ ਮਿੱਠਾ ਕਲਰਫੁੱਲ ਵਰਕ, ਬਰੀਕ ਵਰਕ, ਇਹਦੇ ਦੇ ਕਾਲੇ ਨਾਲੋਂ ਵੀ ਜ਼ਿਆਦਾ ਦਿਖ ਰਿਹਾ ਠੀਕ ਹੈ। ਹਾਂ ਅਤੇ ਫਿਰ ਸਾਰੇ ਦੇ ਵਿੱਚ ਬੂਟੀ ਵੀ ਹੈ, ਬੈਕ ਐਂਡ ਫਰੰਟ ਤੁਹਾਨੂੰ ਚਿਕਨ ਮਿਲੂਗੀ, ਅਤੇ 3 ਮੀਟਰ ਦੀ ਤੁਹਾਨੂੰ ਬੋਟਮ ਮਿਲੂ। ਪਿਓਰ ਕਾਟਨ ਦਾ ਸੂਟ ਹੋਊਗਾ, ਏਅਰ ਕੂਲ ਫੈਬਰਿਕ ਜਿਹਨੂੰ ਕਹਿੰਦੇ ਨੇ ਉਹ ਬੇਸ ਲੱਗਿਆ ਹੋਇਆ ਠੀਕ ਹੈ ਪ੍ਰੋਪਰ। ਇਹ ਆਰਟੈਕਸ ਸਕੂਲ ਦੇ ਨਾਂ 'ਤੇ ਕੱਢ ਲਏ, ਅਤੇ ਨਾਲ ਤੁਹਾਨੂੰ ਇੱਥੇ ਦੁਪੱਟਾ ਮਿਲੂਗਾ ਜਿਹੜਾ ਤੁਹਾਨੂੰ ਉਹਦੇ 'ਚ ਮਿਲੇ ਠੀਕ। ਪ੍ਰਾਈਸ ਮਿਲ ਰਿਹਾ ਸਿਰਫ 2870, ਦਿਖਾ ਦਾ ਦਿਖਾ ਦਿਓ, ਕਿਉਂਕਿ ਕਈ ਵਾਰੀ ਜੇ ਕਿਸੇ ਸੀਨੀਅਰ ਨੇ ਲੈਣਾ ਹੋਣਾ ਐਂ ਲੱਗਦਾ ਵੀ ਵਿੱਚ ਵਾਲਾ ਕਲਰ ਪਤਾ ਨਹੀਂ ਕਿਹੜਾ ਹੋਊਗਾ, ਉਹਨੂੰ ਦਿਖਾ ਹੀ ਦਿੰਦੀ ਹਾਂ। ਲਓ ਜੀ ਆਹ ਹੋਊਗਾ, ਮਿੱਠੇ ਮਿੱਠੇ ਕਲਰ ਲੱਗੇ ਹੋਏ ਨੇ ਬੜੇ ਸੋਹਣੇ, ਆਹ ਕਲਰ ਹੋਊਗਾ ਠੀਕ ਹੈ, ਬਹੁਤ ਪਿਆਰਾ ਜਿਹਾ। ਅਤੇ ਪ੍ਰਾਈਸ ਮਿਲੂਗਾ ਤੁਹਾਨੂੰ ਬਹੁਤ ਹੀ ਖੂਬਸੂਰਤ ਸਿਰਫ 2870 ਠੀਕ ਹੈ ਜੀ। ਜਸਟ ਪਿੱਕ ਸੂਟ ਹੈ, ਮਿੰਟ ਇੱਕ ਹੀ ਲਾਉਣਾ ਹੈ। ਅਗਲਾ ਜੇ ਸਾਡਾ ਚੈਨਲ ਤੁਸੀਂ ਫਸਟ ਟਾਈਮ ਵੀ ਦੇਖ ਰਹੇ ਹੋ ਨਾ, ਤਾਂ ਵੀ ਤੁਸੀਂ ਸਾਡੇ ਲਈ ਯਕੀਨ ਕਰਕੇ ਚੀਜ਼ ਮੰਗਵਾ ਲਿਓ, ਜੋ ਅਸੀਂ ਐਕਸਪਲੇਨ ਕਰ ਰਹੇ ਹਾਂ ਜੋ ਦੱਸ ਰਹੇ ਹਾਂ ਉਹੀ ਚੀਜ਼ ਤੁਹਾਡੇ ਕੋਲ ਆਊਗੀ, ਅਤੇ ਓਰੀਜਨਲ ਹੋਣ ਦੀ ਸਾਡੀ ਪੂਰੀ ਜ਼ਿੰਮੇਵਾਰੀ ਹੈ ਠੀਕ ਹੈ। ਲਓ ਜੀ ਅਗਲਾ ਸਟਾਈਲ ਦੇਖੋ, ਸੁੱਕੀ ਮਹਿੰਦੀ ਵਰਗਾ ਜਿਹਾ ਕਲਰ ਹੈ, ਅਤੇ ਉਹਦੇ ਵਿੱਚ ਵਰਕ ਵਾਲੇ 2 ਪੈਨਲ ਠੀਕ ਹੈ। ਚਿਕਨ ਸਾਰਾ ਫਰੰਟ ਹੈ, ਅਤੇ ਫਿਰ ਇੱਕ ਪੈਚ ਵਰਕ ਇੱਥੇ ਮਿਲ ਰਿਹਾ ਤੁਹਾਨੂੰ, ਫਿਰ ਘੇਰਾ ਮਿਲ ਰਿਹਾ, ਆਰਟੈਕਸ ਬ੍ਰਾਂਡ ਹੈ, ਪ੍ਰਿੰਟਰ ਪੱਟੀ ਰੱਖ ਕੇ ਉਹਦੇ ਆਸੇ ਪਾਸੇ ਵਰਕ, ਅਤੇ ਡਬਲ ਲੇਸ ਮਿਲ ਰਹੀ ਹੈ ਠੀਕ ਹੈ। ਅਤੇ ਨਾਲ ਤੁਹਾਨੂੰ ਏਅਰਪੂਲ ਦੀ ਹੀ ਮਿਲ ਰਹੀ ਹੈ ਬੋਟਮ 3 ਮੀਟਰ ਦੀ, ਭਾਵੇਂ ਤੁਸੀਂ ਲਾਈਨਿੰਗ ਲਵਾਇਓ ਭਾਵੇਂ ਨਾ ਲਵਾਇਓ, ਕੋਈ ਸੀ ਥਰੂ ਨਹੀਂ, ਖੰਡਰ ਸ਼ਰਟ ਸੇਮ ਕਲਰ ਦੀ ਪਾ ਕੇ ਵੀ ਤੁਸੀਂ ਵੇਅਰ ਕਰ ਸਕਦੇ, ਜ਼ਰੂਰੀ ਨਹੀਂ ਆਪਾਂ ਖਰਚਾ ਕਰਨਾ ਸੂਟ ਦੇ ਉੱਤੇ ਠੀਕ ਹੈ ਜੀ। ਅਤੇ ਆਹ ਤੁਹਾਨੂੰ ਮਿਲੂਗਾ ਦੁਪੱਟਾ, ਲਓ ਜੀ ਇਹਦੇ 'ਚ ਇਸ ਤਰ੍ਹਾਂ ਦਾ ਡਿਜ਼ਾਇਨ ਹੋਊਗਾ ਠੀਕ ਹੈ, ਹੋਊਗਾ ਮਸਲੀਨ ਦਾ, ਅਤੇ ਬਰੱਸ਼ ਪੇਂਟ ਹੀ ਹੋਊਗਾ ਸਾਰਿਆਂ 'ਚ ਇਹਦੇ 'ਚ ਵੀ ਠੀਕ ਹੈ। ਮਿੱਠੇ ਮਿੱਠੇ ਜਿਹੇ ਕਲਰ ਲਗਾ ਕੇ ਬਹੁਤ ਸੋਹਣੀ ਲੁੱਕ ਦੇ ਵਿੱਚ ਬਹੁਤ ਪੜ੍ਹਿਆ ਲਿਖਿਆ ਸੂਟ ਤੁਹਾਡੇ ਲਈ ਲੈ ਕੇ ਆਉਂਦਾ ਆਰਟੈਕਸ ਬ੍ਰਾਂਡ, ਵਿਸ਼ਵਾਸ ਕਰਕੇ ਮੰਗਵਾਇਓ, ਆਰਟੈਕਸ ਰਾਮਟੈਕਸ ਦੇ ਬਰਾਬਰ ਦੀ ਚੀਜ਼ ਆਊਗੀ। ਪ੍ਰਾਈਸ ਮਿਲੂਗਾ 2870। ਲਓ ਇੱਕ ਹੋਰ ਖੂਬਸੂਰਤ ਚੀਜ਼ ਰਾਮਟੈਕਸ ਬ੍ਰਾਂਡ, ਰਾਮਟੈਕਸ ਦੀਆਂ ਤਾਂ ਕਿਹਾ ਹੀ ਬਾਤਾਂ ਹੈ ਬਸ, ਓ ਮਾਈ ਗੋਡ ਦੇਖੋ ਜੇ ਲੇਸ ਵੀ ਹੈ ਤਾਂ ਮਾਸ਼ਾਅੱਲਾ, ਤਾਂ ਲੇਸ ਵੀ ਮਾਸ਼ਾਅੱਲਾ ਦੇਖੋ ਤੁਸੀਂ, ਲੇਸ ਦਾ ਡਿਜ਼ਾਇਨ ਹੀ ਮੈਂ ਤਾਂ ਵਾਲਾ ਪਹਿਲੀ ਵਾਰ ਦੇਖ ਰਹੀ ਹਾਂ, ਮੈਂ ਤਾਂ ਇਸ ਤਰ੍ਹਾਂ ਦੀ ਲੇਸ ਹੀ ਨਹੀਂ ਦੇਖੀ ਕਦੇ, ਤੁਸੀਂ ਦੇਖੀ ਉਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਦੇਖੀ ਠੀਕ ਆ ਦੇਖੋ। ਪਰ ਇਹਨੂੰ ਅਟੈਚ ਪ੍ਰੋਪਰ ਕੀਤਾ ਹੋਇਆ, ਇਹ ਨਹੀਂ ਕਿ ਕਿਸੇ ਪਾਸੇ ਉੱਠਦੀ ਹੈ ਜਾਂ ਕੁਛ ਹੈ, ਪੂਰੀ ਪ੍ਰੋਪਰ ਅਟੈਚ ਕੀਤੀ ਹੋਈ ਹੈ, ਬਿਲਕੁਲ ਵਰਕ ਤੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਠੀਕ ਹੈ। ਅਤੇ ਵਿੱਚ ਇੱਕ ਪੈਚ ਵਰਕ, ਫਿਰ ਇਹ ਪੈਚ ਵਰਕ, ਫਿਰ ਇਹ ਵਾਲਾ, ਫਿਰ ਲੇਸ ਦਾ ਪੈਨਲ, ਅਗੇਨ ਪੈਚ ਵਰਕ, ਜਿਹਨਾਂ ਤੁਹਾਨੂੰ ਕਲਰਫੁੱਲ ਦਿਖ ਰਿਹਾ ਸਾਰਾ ਪੈਚ ਵਰਕ ਹੋਇਆ ਗਿਆ ਠੀਕ ਹੈ। ਸੈਂਟਰ 'ਚ ਬਣਿਆ ਹੋਇਆ ਸਟਾਈਲ ਦੇ ਨਾਲ ਠੀਕ ਹੈ। ਅਤੇ ਨੀਚੇ ਤੁਸੀਂ ਨੀਚੇ ਵਾਲੀ ਲੇਸ ਵੀ ਬਹੁਤ ਸੋਹਣੀ ਹੈ ਜੀ, ਬਿਊਟੀਫੁੱਲ, ਅਤੇ 5 ਮੀਟਰ
ਰਨਿੰਗ ਦੇ ਵਿੱਚ ਸੂਟ ਹੈ ਅਤੇ ਫੈਬਰਿਕ ਹੈਗਾ ਲੀਲਨ ਕੋਟਨ। ਠੀਕ ਹੈ ਜੀ, ਲੀਲਨ ਕੋਟਨ ਬਹੁਤ ਸੋਹਣਾ ਫੈਬਰਿਕ ਹੈ ਇਹਨਾਂ ਦਾ, ਘੇਰਾ ਜਿੰਨਾ ਮਰਜ਼ੀ ਬਣਾ ਲਿਓ। 5 ਮੀਟਰ ਰਨਿੰਗ ਦੇ ਵਿੱਚ ਸੈਂਟਰ 'ਚ ਡਿਜ਼ਾਈਨ ਹੈ, ਪਿੱਛੋਂ ਥੋੜ੍ਹੀਆਂ ਬਾਹਾਂ ਆਰਾਮ ਨਾਲ ਨਿਕਲ ਆਉਣੀਆਂ ਕਿਉਂਕਿ ਸੇਮ ਕਲਰ ਹੀ ਸਾਰਾ ਸੂਟ। ਅਤੇ ਉਠਾ ਦੇਖੋ ਸੂਟ ਦਾ, ਬਹੁਤ ਪੜ੍ਹਿਆ ਲਿਖਿਆ ਜਿਹਾ ਸੂਟ ਪੜ੍ਹਨਾ। ਅਤੇ ਜਦੋਂ ਤੁਹਾਨੂੰ ਮੈਂ ਇਹਦੇ ਨਾਲ ਦੁਪੱਟਾ ਲਾਤਾ ਫਿਰ ਤਾਂ ਹੋਰ ਜ਼ਿਆਦਾ ਪੜ੍ਹ ਜਾਣੇ। ਦੇਖੋ ਜੀ, ਡਿਜੀਟਲ ਪੇਂਟਿੰਗ ਵਾਲਾ ਦੁਪੱਟਾ ਹੈ, ਦੇਖੋ ਆਹ ਦੁਪੱਟਾ ਇਹਦੇ ਨਾਲ ਵਡਾਲ ਮਸਲੀਨ, ਵਡਾਲ ਮਸਲੀਨ, ਹਾਂ ਸਿਰਫ ਮਸਲੀਨ ਨਹੀਂ ਵਡਾਲ ਮਸਲੀਨ। ਦੇਖੋ ਪ੍ਰਿੰਟਿੰਗ ਦੁਪੱਟੇ ਦੀ ਕਿੰਨੀ ਖੂਬਸੂਰਤੀ ਵਧਾਊਗਾ ਦੁਪੱਟਾ ਜਦੋਂ ਉੱਤੇ ਵੀਅਰ ਕੀਤਾ। ਹਲਕਾ ਜਿਹਾ ਡਬਲ ਸ਼ੇਡ ਦਾ ਹੋਣ ਕਰਕੇ ਕਲਰ ਤੁਹਾਨੂੰ ਡਿਫਰੈਂਟ ਲੱਗ ਰਿਹਾ। ਦੇਖੋ ਜਦੋਂ ਤੁਸੀਂ ਉੱਤੇ ਵੀਅਰ ਕਰਨਾ, ਦੇਖੋ ਸੇਮ ਕਲਰ ਉਠਾ ਆਊਗਾ। ਠੀਕ ਹੈ, ਅਤੇ ਪ੍ਰਾਈਸ ਮਿਲੂਗਾ ਇੰਨੇ ਸੋਹਣੇ ਜਿਹੇ ਸੂਟ ਦਾ ਸਿਰਫ 2770 'ਚ ਸੂਟ ਤੁਹਾਡੇ ਘਰ। ਅਗਲਾ ਦੇਖੋ, ਕਲਰ ਕਿਹੜਾ ਜੀ, ਅੰਗੂਰੀ ਜਾਂ ਕੁਛ ਹੋਰ ਜਿਹੜਾ ਵੀ ਹੈ। ਬਹੁਤ ਪਿਆਰੀਆਂ ਲੇਸਾਂ ਲਾ ਕੇ ਡਿਜ਼ਾਇਨਿੰਗ ਕੀਤੀ ਹੋਈ ਹੈ ਅਤੇ ਬਹੁਤ ਸਫਾਈ ਦੇ ਨਾਲ ਪੈਚਵਰਕ। ਠੀਕ ਹੈ, ਕਢਾਈ ਤੋਂ ਹਟ ਜਾਂਦਾ ਥੋੜ੍ਹਾ ਜਿਹਾ, ਟਰੈਕ ਸਾਈਡ ਤੋਂ ਹੋ ਜਾਂਦਾ ਅਤੇ ਨਾਲ ਖੂਬਸੂਰਤ ਲੇਸ ਇੱਥੇ ਮਿਲੂਗੀ। 5 ਮੀਟਰ ਦੇ ਸੂਟ ਮਿਲੂ, ਵਿਦਆਊਟ ਲਾਈਨਿੰਗ ਬਣਾਇਓ ਵਿਦ ਲਾਈਨਿੰਗ ਬਣਾਇਓ ਉਹ ਤੁਹਾਡੀ ਮਰਜ਼ੀ ਹੈ। ਅਤੇ ਡਿਜੀਟਲ ਪ੍ਰਿੰਟ ਦਾ ਖੂਬਸੂਰਤ ਮੋਡਲ ਮਸਲੀਨ ਦਾ ਦੁਪੱਟਾ ਲਓ। ਆਹ ਦੇਖੋ ਦੁਪੱਟਾ 2.5 ਮੀਟਰ ਖੁੱਲ੍ਹਾ ਡੁੱਲਾ ਅਤੇ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਹੋਈ ਦੀ ਹੈ, ਬਹੁਤ ਸੋਹਣਾ ਲੱਗਣਾ ਸੂਟ। ਸਰਦਾਰੀ ਚੀਜ਼ ਹੈ ਏ ਕਲਾਸ, ਮੇਨ ਟਿੱਕ ਲਾਉਣਾ ਅਤੇ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 2770। ਅਗਲਾ ਦੇਖੋ, ਜਸਟ ਟਿੱਕਾ ਮੈਂ ਮਿੰਟ ਇੱਕ ਹੀ ਲਾਉਣਾ। ਪੱਟਾ ਪ੍ਰਾਈਸ 2770, ਕੋਈ ਸ਼ਿਪਿੰਗ ਨਹੀਂ ਦੇਣੀ ਸਾਨੂੰ, ਕੁਛ ਨਹੀਂ ਦੇਣਾ। 2770 ਦੇ ਕੇ ਸੂਟ ਦੀ ਵੇਟ ਕਰਨੀ ਹੈ ਅਤੇ ਨਵੇਂ ਲਿਫਾਫੇ 'ਚ ਪਾ ਕੇ ਤੁਹਾਨੂੰ ਸੂਟ ਭੇਜਾਂਗੇ ਅਸੀਂ। ਲਓ ਜੀ, ਸਾਰੀ ਗਲੀ ਨੂੰ ਦਿਖਾਉਣਾ ਤੁਸੀਂ ਸੂਟ ਜਦੋਂ ਪਹੁੰਚਿਆ। ਦੇਖੋ ਜੀ ਸਾਡੇ ਕੋਲ ਆ ਗਿਆ ਸੂਟ, ਇੰਨਾ ਸੋਹਣਾ। ਪਰ ਫਿਰ ਤਾਂ ਬੀਬੀਆਂ ਨੂੰ ਮਜ਼ਾ ਹੀ ਨਹੀਂ ਆਉਂਦਾ, ਪਹਿਲਾਂ ਪਾ ਕੇ ਮਜ਼ਾ ਆਉਂਦਾ, ਦਿਖਾ ਕੇ ਨਹੀਂ ਆਉਂਦਾ। ਲਓ ਜੀ ਦੇਖੋ, ਤਾਂ ਦਿਖਾ ਦਿਆ ਕਰੋ ਕਦੇ ਕਦੇ। ਠੀਕ ਹੈ, ਲਓ ਚੱਕੋ, ਲਓ ਜੀ ਸੂਟ। ਫੈਬਰਿਕ ਬਿਲਕੁਲ ਨਿਸ਼ਚਿੰਤ ਰਹਿਣਾ, ਏ ਕਲਾਸ ਫੈਬਰਿਕ ਆਉਣਾ ਤੁਹਾਡੇ ਕੋਲ ਅਤੇ ਏ ਕਲਾਸ ਸਟਾਈਲ ਦੇ ਵਿੱਚ ਆਉਣਾ। ਇਹ ਤੁਹਾਨੂੰ ਦੁਪੱਟਾ ਪ੍ਰਾਈਸ ਮਿਲੂ 2770। ਨੈਕਸਟ ਇਹ ਕਲਰ ਮੋਵਿਸ਼, ਮੋਵਿਸ਼ ਜਾ ਲਓ ਜੀ ਦੇਖੋ, ਲਵੈਂਡਰ ਕਹਿੰਦੇ ਜੀ। ਹਾਂਜੀ ਲਓ ਜੀ, ਲਵੈਂਡਰ ਮੋਵਿਸ਼ ਹਲਕਾ ਜਾਮਣੀ ਜਿਹੜਾ ਮਰਜ਼ੀ ਨਾ ਦੇ ਲਓ। ਠੀਕ ਹੈ, ਅਤੇ ਆਹ ਤੁਹਾਨੂੰ ਇਹਦਾ ਦੁਪੱਟਾ ਪ੍ਰਾਈਸ ਮਿਲੂ ਸਿਰਫ 2770। ਲੀਲਨ ਕੋਟਨ ਬਾਏ ਰਾਮਟੈਕਸ, ਮਿੰਟ ਇੱਕ ਹੀ ਲਾਉਣਾ ਹੈ। ਇਹ ਕਲਾਸ ਆਈਟਮ ਤੁਹਾਡੇ ਕੋਲ ਪਹੁੰਚ ਜਾਣੀ ਹੈ, ਆਹ ਤੁਸੀਂ ਲਾਓ ਜੀ। ਇੱਕ ਕੰਮ ਨਾ ਹੋਰ ਕਰਿਆ ਕਰੋ ਭੈਣਾ, ਸਾਰੀ ਅੱਜ ਕੱਲ੍ਹ ਆਪਾਂ ਜਿਹੜੇ ਔਨਲਾਈਨ ਸ਼ੋਪਿੰਗ ਕਰਦੇ ਹਾਂ ਆਪਣੇ ਪੋਸਟਮੈਨ ਦਾ ਨੰਬਰ ਜ਼ਰੂਰ ਕੋਲ ਰੱਖੋ, ਉਹ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਹੁਣ, ਕਿਉਂਕਿ ਅਸੀਂ ਜਦੋਂ ਪੋਸਟਮੈਨ ਤੁਹਾਡੇ ਕੋਲ ਆਉਂਦਾ ਹੈ ਕਈ ਵਾਰੀ ਆਪਾਂ ਇੱਧਰ ਉੱਧਰ ਹੋਈਏ ਘਰੇ ਹੋਈਏ ਜਾਂ ਸਾਨੂੰ ਐਕਸਪੈਕਟਡ ਹੋਵੇ ਕਿ ਮੇਰਾ ਆ ਗਿਆ ਹੋਊ ਸੂਟ ਤਾਂ ਤੁਸੀਂ ਫੋਨ ਕਰ ਸਕੋ ਆ ਕੇ, ਤੁਹਾਨੂੰ ਫਿਰ ਇੱਧਰ ਉੱਧਰ ਹੋਰ ਕਿਧਰੇ ਪਤਾ ਕਰਨਾ ਪਵੇ। ਠੀਕ ਹੈ, ਲਓ ਜੀ ਗੱਲਾਂ ਗੱਲਾਂ ਦੇ ਵਿੱਚ ਇੱਕ ਹੋਰ ਖੂਬਸੂਰਤ ਸੂਟ ਖੁੱਲ੍ਹ ਗਿਆ, ਇਹ ਤੁਹਾਨੂੰ ਮਿਲ ਰਿਹਾ ਹੈ। ਇਹ ਨਾ ਪੱਟੀ ਨਹੀਂ ਹੈ, ਨੋਟ ਕਰ ਲਿਓ, ਨਹੀਂ ਇਹ ਜਿਹੜਾ ਚਿੱਟਾ ਵੀ ਹੈ ਇਹ ਵੀ
ਪ੍ਰਿੰਟ ਹੀ ਮਿਸ ਕੀਤਾ ਹੋਇਆ ਵਿੱਚੋਂ। ਹਾਂਜੀ, ਇਹ ਨਹੀਂ ਕਿ ਇੱਥੇ ਡਬਲ ਹੋ ਗਿਆ ਕੱਪੜਾ, ਇਹ ਪ੍ਰਿੰਟ ਰੱਖ ਕੇ ਅਤੇ ਵਿੱਚ ਪਲੇਨ ਰੱਖ ਕੇ ਉਹਦੇ ਉੱਤੇ ਵਰਕ ਕੀਤਾ ਹੋਇਆ, ਠੀਕ ਹੈ, ਅਤੇ ਨਾਲ ਖੂਬਸੂਰਤ ਦੋ ਫੁੱਲ, ਠੀਕ, ਅਤੇ ਫਿਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਰੀਕ ਬਰੀਕ, ਮਾਈ ਗੋਡ, ਘੇਰਾ, ਇਹ ਪ੍ਰਿੰਟ ਹੈ ਘੇਰੇ 'ਚ, ਇਹ ਵਰਕ ਹੈ ਸਾਰਾ, ਅਗੇਨ ਪ੍ਰਿੰਟ ਹੈ, ਫਿਰ ਲੇਸ ਹੈ, ਠੀਕ ਹੈ। ਹੁਣ ਤੁਹਾਨੂੰ ਮੈਂ ਇਹਦੀ ਬੋਟਮ ਦਿਖਾਉਂਦੀ ਹਾਂ, ਲਓ ਜੀ ਦੇਖੋ ਕਿੰਨਾ ਪਿਆਰਾ ਸੂਟ ਬਣਨੇ, ਬਾਹਲਾ ਹੀ ਸਰਦਾਰੀ ਜਿਹਾ, ਏ ਕਲਾਸ ਜਿਹਾ, ਠੀਕ ਹੈ। ਸ਼ਰਟ ਨੂੰ ਤਾਂ ਲਾਈਨਿੰਗ ਦੀ ਜਮੀ ਲੋੜ ਨਹੀਂ, ਪਿਓਰ ਕੈਮਰਿਕ ਹੈ, ਬੋਟਮ ਨੂੰ ਆਫ ਵਾਈਟ ਜਿਹਾ ਹੋਣ ਕਰਕੇ ਤੁਸੀਂ ਲਵਾ ਲਿਓ, ਵੈਸੇ ਕੋਈ ਬਾਹਲਾ ਮੈਨੂੰ ਵੈਸੇ ਲੱਗ ਵੀ ਨਹੀਂ ਰਿਹਾ ਜਦੋਂ ਇਹਨੇ ਵਲ ਪੈ ਕੇ ਸਲਵਾਰ ਨੂੰ ਤਿਆਰ ਹੋਣਾ ਅਤੇ ਥੋੜ੍ਹਾ ਥਿੱਕ ਹੋ ਜਾਣਾ ਧੋਤੇ, ਠੀਕ ਹੈ। ਅਸੀਂ ਸਲਵਾਰ ਨੂੰ ਤੁਸੀਂ ਲਵਾਉਣਾ ਚਾਹੋ ਤਾਂ ਲਵਾ ਸਕਦੇ ਹੋ, ਅਤੇ ਹੁਣ ਮੈਂ ਤੁਹਾਨੂੰ ਇਹਦਾ ਨਾ ਸੱਚੇ ਦੀ ਬੈਕ ਸਾਈਡ ਦਿਖਾਉਣੀ ਤੁਹਾਨੂੰ, ਲਓ ਜੀ ਬੈਕ ਸਾਈਡ 'ਤੇ ਤੁਹਾਨੂੰ ਆਹ ਵਾਲਾ ਬੋਰਡਰ ਮਿਲੂਗਾ, ਠੀਕ ਹੈ। ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਣਾ ਤੁਹਾਡਾ, ਬਹੁਤ ਏ ਕਲਾਸ ਫੈਬਰਿਕ ਹੈ, ਅਤੇ ਹੁਣ ਤੁਹਾਨੂੰ ਦਿਖਾਉਣੀ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ, ਉਹਨੇ ਤੁਸੀਂ ਫੋਟੋ ਵੇਖਿਓ ਆਹ ਮਿਲੂਗਾ ਨਾਨੀ ਜੀ ਖੂਹ ਦੀਆਂ ਦੁਪੱਟਾ, ਲਓ ਜੀ ਪਹਿਲਾਂ ਮੈਂ ਇੰਨਾ ਕੁ ਖੋਲਦੀ ਹਾਂ, ਦੇਖੋ ਤੁਸੀਂ ਦੁਪੱਟਾ ਕਿੰਨਾ ਵਰਕ ਕੀਤਾ ਹੋਇਆ ਹੈ, ਦੇਖੋ ਇੱਧਰ ਕੱਟ ਵਰਕ ਦਿੱਤਾ ਤੁਹਾਨੂੰ ਸਟਾਈਲ, ਦੇਖੋ ਪੂਰਾ ਦੁਪੱਟੇ ਦੇ ਲੜ 'ਤੇ, ਫਿਰ ਇੱਕ ਹੋਰ ਬੇਲ 'ਤੇ ਪੱਟੀਆਂ ਲੇਸ ਨਾਲ ਜੋੜੀਆਂ ਹੋਈਆਂ ਰੰਗਦਾਰ, ਅਤੇ ਵਿੱਚੋਂ ਰੱਖਿਆ ਇਹਨੂੰ ਬਹੁਤ ਹੀ ਸਰਦਾਰੀ ਜਿਹਾ ਕਰੀਮ ਕਲਰ, ਮਸਲੀਨ ਹੈ ਪਤਲੀ ਵਾਲੀ, ਨੋਟ ਕਰਦੇ ਜਾਣਾ ਨਾਲ ਨਾਲ, ਠੀਕ ਹੈ। ਅਤੇ ਇਹ ਤੁਹਾਨੂੰ ਮਿਲਣਾ ਹੈ ਸਟਾਈਲ, ਦੇਖੋ ਆਹ ਦੁਪੱਟੇ ਦੇ ਨਾਲ ਸੂਟ ਤੁਹਾਨੂੰ ਮਿਲ ਜਾਣਾ, ਅਤੇ ਸੂਟ ਕਿੰਨੇ ਦਾ ਮਿਲਣਾ ਹੈ ਤੁਸੀਂ ਖੁਦ ਹੀ ਹੈਰਾਨ ਹੋ ਜਾਣਾ ਹੈ, ਇਹ ਬੀਬੀਆਂ ਕਰਦੀਆਂ ਕੀ ਹੈ, ਸਿਰਫ 2870 'ਚ, 2870 ਦੇ ਵਿੱਚ ਇਹ ਇੰਨਾ ਸਟਾਈਲਿਸ਼ ਸੂਟ। ਹੁਣ ਤੁਸੀਂ ਦੱਸੋ ਵੀ ਜੇ ਤੁਸੀਂ ਆਪਣੀ ਕੁੜਮਣੀ ਨੂੰ ਇਹ ਸੂਟ ਭੇਜ ਦਿਓ, ਉਹ ਤਾਂ ਬਾਹਲੀ ਜ਼ਿਆਦਾ ਖੁਸ਼ ਹੋ ਜੂਗੀ ਵੀ ਮੈਨੂੰ ਇੰਨਾ ਸਟਾਈਲਿਸ਼ ਸੂਟ ਭੇਜਿਆ, ਹੈ ਨਾ, ਹੱਟ ਕੇ ਸਾਰਿਆਂ ਤੋਂ, ਅਤੇ ਪ੍ਰਾਈਸ ਤੁਸੀਂ 3000 ਵੀ ਨਹੀਂ ਖਰਚਿਆ, 2870 'ਚ ਕੁੜਮਣੀ ਖੁਸ਼ ਕਰ ਦੇਣੀ, ਠੀਕ ਹੈ। ਲਓ ਜੀ ਜੇ ਕੁੜਮਣੀ ਥੋੜ੍ਹੀ ਜਿਹੀ ਜ਼ਿਆਦਾ ਫਿੱਕੇ ਪਾਉਂਦੀ ਹੈ ਤਾਂ ਫਿਰ ਅਗਲਾ ਰੰਗ ਦੇ ਦਿੰਦੇ ਆਪਾਂ, ਲਓ ਜੀ ਚੱਕੋ ਰੰਗ ਦੇਖੋ ਕਿੰਨਾ ਪਿਆਰਾ ਜਿਹਾ, ਇਹਦੇ 'ਚ ਪ੍ਰਿੰਟਿੰਗ ਹੈ ਅਤੇ ਕਿੰਨਾ ਪਿਆਰਾ ਵਰਕ ਹੈ, ਵਰਕ ਮੈਂ ਤੁਹਾਨੂੰ ਮਿਣ ਕੇ ਦੱਸਦੀ ਹਾਂ, ਲਓ ਜੀ ਗਲੇ ਦੇ ਉੱਤੇ, ਠੀਕ ਹੈ, ਘੇਰਾ ਮੈਂ ਤੁਹਾਨੂੰ ਮਿਣ ਕੇ ਦੱਸ ਦਿੰਦੀ ਕਿੰਨੇ ਥਾਂ 'ਚ ਹੋਇਆ, ਵੈਸੇ ਉਹੀ ਹੈ 26-28 ਦੇ ਵਿੱਚ ਹੁੰਦਾ, ਫਿਰ ਵੀ ਮਿਣ ਦਿੰਦੀ ਹਾਂ ਮੈਂ ਤੁਹਾਡੇ ਵੱਲ, ਸਹੀਗਾ ਛੱਬੀ, ਠੀਕ ਹੈ, 26-26 ਘੱਟ ਤਾਂ ਕਦੇ ਹੁੰਦਾ, 26-28 ਦੇ ਵਿੱਚ ਹੀ ਹੁੰਦਾ, ਅਤੇ ਪਿਆਰਾ ਜਿਹਾ ਵਰਕ, ਠੀਕ ਹੈ। ਬਹੁਤ ਪੜ੍ਹਿਆ ਲਿਖਿਆ ਸੂਟ ਹੈ, ਬਹੁਤ ਪੜ੍ਹਿਆ ਲਿਖਿਆ, ਅਤੇ ਉਦੋਂ ਵੀ ਵੱਧ ਪੜ੍ਹਿਆ ਲਿਖਿਆ ਇਹਦਾ ਦੁਪੱਟਾ, ਠੀਕ ਹੈ, ਥੋੜ੍ਹਾ ਜੀ ਕਰ ਰਿਹਾ ਖੋਲ੍ਹਣ ਦਾ, ਲਓ ਜੀ ਦੁਪੱਟਾ ਜਦੋਂ ਖੁੱਲ੍ਹਦਾ ਹੈ ਨਾ ਸੂਟ ਦੀ ਰੂਹ ਨਿਕਲਿਆ ਉਹਦੇ ਵਿੱਚੋਂ, ਹਾਲ ਦੇਖੋ ਇਹ ਸਾਰਾ ਵਰਕ ਹੀ ਹੈ ਜਿੰਨਾ ਵੀ ਤੁਹਾਨੂੰ ਦਿਖ ਰਿਹਾ, ਪ੍ਰਿੰਟ ਪ੍ਰੁੰਟ ਕੋਈ ਨਹੀਂ ਇਹਦੇ 'ਚ, ਜਿਹੜਾ ਤੁਹਾਨੂੰ ਦਿਖ ਰਿਹਾ ਨਾ ਸਾਰਾ ਵਰਕ ਹੈ, ਦੇਖੋ ਆਹ ਤੁਹਾਨੂੰ ਮਿਲੂਗਾ ਸਟਾਈਲ ਐਂਡ, ਅਤੇ ਆਹ ਤੁਹਾਨੂੰ ਅੱਗੇ ਪੈਚ ਵਰਕ, ਠੀਕ ਹੈ, ਸਾਰਾ ਪੈਚ ਵਰਕ ਹੋਇਆ, ਅਤੇ ਆਹ ਕਲਰ ਨੇ ਇਹਨੂੰ ਬਹੁਤ ਬਿਊਟੀਫਾਈ ਕੀਤਾ ਹੈ, ਬਹੁਤ ਖੂਬਸੂਰਤ, ਅਤੇ ਪ੍ਰਾਈਸ ਮਿਲ ਰਿਹਾ ਸਿਰਫ ਇਹਦੀ ਬੋਟਮ ਇਹ ਹੋਊਗੀ, ਅਤੇ ਇੰਨੇ ਖੂਬਸੂਰਤ ਸੂਟ ਦਾ ਤੁਹਾਨੂੰ ਪ੍ਰਾਈਸ ਮਿਲ ਰਿਹਾ 2870, ਠੀਕ ਹੈ ਜੀ। ਅਗਲਾ ਕਲਰ ਝੱਟ ਨਿਕਲਣਾ,
ਫੈਬਰਿਕ ਇਹਦੇ ਚ ਆਹ ਵਾਲਾ ਇੱਕ ਕਲਰ ਯੂਜ਼ ਹੋਇਆ ਵੇ ਹੋਊਗਾ ਇਹਦਾ ਕੋਈ ਨਹੀਂ ਆਹ ਕਲਰ ਆ ਹਾਂ ਲੋ ਆਹ ਵਾਲੇ ਠੀਕ ਹੈ ਪ੍ਰਾਈਸ 2570 ਲੋ ਜੀ ਅਗਲਾ ਕਲਰ ਨਵਾਂ ਜਾਈਏ ਲੋ ਬਹੁਤ ਸੋਹਣਾ ਬਿਊਟੀਫੁਲ ਬਿਊਟੀਫੁਲ ਪਿਓਰ ਕੈਮਰੀ ਕਾਟਨ ਆਊਗੀ ਤੁਹਾਡੇ ਕੋਲ ਠੀਕ ਹੈ ਸਟਾਈਲ ਦੇਖੋ ਸੂਟ ਦਾ ਅਤੇ ਨਾਲ ਇਹ ਮਿਲੂਗਾ ਇਹਦੇ ਵਿੱਚ ਇੱਕ ਮਹਿੰਦੀ ਜਿਹੜੇ ਵਿੱਚ ਦਿਖ ਰਹੇ ਆ ਉਹ ਵਾਲਾ ਫੈਬਰਿਕ ਯੂਜ਼ ਹੋਇਆ ਇੱਕ ਆਹ ਅਨੀਅਨ ਜਾਂ ਬਾਕੀ ਤਾਂ ਕਰੀਮ ਹੀ ਆ ਤੁਹਾਨੂੰ ਪਤਾ ਹੀ ਹੈ ਕਿਉਂਕਿ ਬਾਟਮ ਕਰੀਮ ਹੈ ਠੀਕ ਹੈ ਇਹ ਇਸ ਤਰ੍ਹਾਂ ਦੇ ਸੂਟ ਨੇ ਜਿਹੜੇ ਹਰ ਜਗ੍ਹਾ ਅਤੇ ਹਰ ਉਮਰ ਨੂੰ ਸੂਟ ਕਰਦੀ ਹੈ ਬਹੁਤ ਪਿਆਰੀ ਚੀਜ਼ ਹੈ ਸਿਰਫ 2870 'ਚ ਲਓ ਜੀ ਅਗਲਾ ਧਮਾਕੇਦਾਰ ਸੂਟ ਕਰਸ਼ ਕਾਟਨ ਜਿਨ੍ਹਾਂ ਨੇ ਪਹਿਲਾਂ ਕਰਸ਼ ਕਾਟਨ ਪਲੇਨ ਸਾਥੋਂ ਲਈ ਸੀ ਉਹਨਾਂ ਨੂੰ ਤਾਂ ਪਤਾ ਹੀ ਹੈ ਕਰਸ਼ ਕਾਟਨ ਬਹੁਤ ਪਿਆਰਾ ਫੈਬਰਿਕ ਹੈ ਇਹਨਾਂ ਦਾ ਠੀਕ ਹੈ ਅਤੇ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਸੀ ਥਰੂ ਨਹੀਂ ਹੈਗਾ ਮਤਲਬ ਉਹ ਦੇਖੋ ਐਵੇਂ ਮਾੜਾ ਮੋਟਾ ਠੀਕ ਹੈ ਆਰਾਮ ਨਾਲ ਤੁਸੀਂ ਇਹਨੂੰ ਅੰਡਰ ਸ਼ਰਟ ਨਾਲ ਪਾ ਸਕਦੇ ਹੋ ਲਓ ਸਾਰੇ ਦੇ ਵਿੱਚ ਆ ਸਿੰਗਲ ਥਰੈਡ ਦੀ ਮਸ਼ੀਨ ਜੀ ਜਿਹੜੀ ਚੱਲੀ ਹੁੰਦੀ ਉਹ ਹੈ ਕੀ ਕਹਿੰਦੇ ਇਹਨੂੰ ਐਂਕਰਿੰਗ ਹਾਂਜੀ ਫਰੰਟ ਦੇ ਉੱਤੇ ਸਾਰੇ ਦੇ ਐਂਕਰਿੰਗ ਹੈ ਫਿਰ ਆਹ ਸਾਰਾ ਵਰਕ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਠੀਕ ਹੈ ਲਓ ਜੀ ਇਹ ਸਿੰਗਲ ਥਰੈਡ ਦਾ ਵਰਕ ਹੋਇਆ ਵਾ ਸਾਰਾ ਮੈਨੂੰ ਲੱਗਿਆ ਸੀ ਪੈਚ ਵਰਕ ਹੈ ਬਟ ਥਰੈਡ ਵਰਕ ਹੋਇਆ ਵਾ ਬਹੁਤ ਖੂਬਸੂਰਤ ਲੁੱਕ ਦੇ ਵਿੱਚ ਬਹੁਤ ਪਿਆਰਾ ਠੀਕ ਹੈ ਅਤੇ ਇੱਧਰ ਤੁਹਾਨੂੰ ਘੇਰੇ ਦੇ ਉੱਤੇ ਇਸ ਤਰ੍ਹਾਂ ਕੰਮ ਲੇਸਿੰਗ ਮਿਲ ਰਹੀ ਹੈ ਅਤੇ ਨਾਲ ਤੁਹਾਨੂੰ ਮਿਲੂਗਾ ਇਹਦੇ ਇਹ 5 ਮੀਟਰ ਰਨਿੰਗ 'ਚ ਹੋਊਗਾ ਰਾਮਟੈਕਸ ਬ੍ਰੈਂਡ ਦਾ ਹੋਊਗਾ ਅਤੇ ਫਿਰ ਤੁਸੀਂ ਇਹਦਾ ਦੇਖੋ ਦੁਪੱਟਾ ਐਤਕੀ ਤਾਂ ਰਾਮਟੈਕਸ ਨੇ ਦੁਪੱਟਿਆਂ ਵਾਲੇ ਵੱਟ ਕੱਢੇ ਪਏ ਲਓ ਜੀ ਸਾਰੇ ਦੇ ਉੱਤੇ ਜਿੰਨਾ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਹੈ ਠੀਕ ਹੈ ਸਿੰਗਲ ਥਰੈਡ ਦਾ ਅਤੇ ਫਿਰ 4 ਸਾਈਡ ਇਸ ਤਰ੍ਹਾਂ ਪੱਟੀ ਸਾਈਡ 2 ਸਾਈਡ ਹਾਂ ਲੈਂਥ ਵਾਈਜ਼ ਆਹ ਤੁਹਾਨੂੰ ਕੰਨੀਆਂ ਦੇ ਉੱਤੇ ਇਸ ਤਰ੍ਹਾਂ ਵਰਕ ਮਿਲ ਰਿਹਾ ਠੀਕ ਦੇਖੋ ਮਸਲੀਨ ਦਾ ਦੁਪੱਟਾ ਖੁੱਲ੍ਹੇ ਦੁਪੱਟੇ ਹੁੰਦੇ ਆ ਰਾਮਟੈਕਸ ਦੇ ਠੀਕ ਹੈ ਦੁਪੱਟੇ 'ਚ ਵਰਕ ਬਹੁਤ ਜ਼ਿਆਦਾ ਹਾਂ ਬਹੁਤ ਭਰਿਆ ਪਿਆ ਪੂਰਾ ਵਰਕ ਦੇ ਨਾਲ ਅਤੇ ਇੰਨੇ ਸਾਰੇ ਭਰੇ ਹੋਏ ਸੂਟ ਦਾ ਅਤੇ ਇੰਨੇ ਪਿਆਰੇ ਫੈਬਰਿਕ ਦਾ 3000 ਰੁਪਇਆ ਫਿਰ ਵੀ ਨਹੀਂ ਗਾ 2970 'ਚ ਸੂਟ ਆ ਜਾਣਾ ਚਹਿ ਚਹਿ ਕਰਦਾ ਨਵੇਂ ਲਿਫਾਫੇ 'ਚ ਠੀਕ ਹੈ ਜੀ ਲਓ ਅਗਲਾ ਵੀ ਸਾਰੇ ਲਿਫਾਫੇ ਨਵੇਂ ਲਾ ਕੇ ਭੇਜਣੇ ਕਿਉਂਕਿ ਮੈਂ ਕਹਿ ਪੁਰਾਣੇ ਲਿਫਾਫੇ ਲਾ ਦੇਣੇ ਹੁੰਦੇ ਆ ਉਹਦੇ ਮਾਈਂਡ ਨਾ ਕਰਿਆ ਕਰੋ ਕਿਉਂਕਿ ਵਾਤਾਵਰਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਹੈ ਨਾ ਅਤੇ ਲਿਫਾਫੇ ਦੇ ਨਾਲ ਤਾਂ ਕੋਈ ਬੜਾ ਫਰਕ ਨਹੀਂ ਪੈਂਦਾ ਹੁੰਦਾ ਵੀ ਨਵਾਂ ਕਿ ਪੁਰਾਣਾ ਅਤੇ ਚਲੋ ਐਤਕੀ ਤਾਂ ਮੈਂ ਤੁਹਾਨੂੰ ਕਹਿ ਤਾ ਵੀ ਨਵੇਂ ਲਾ ਕੇ ਭੇਜਾਂਗੇ ਨਵੇਂ ਲਾ ਕੇ ਭੇਜਾਂਗੇ ਪੁਰਾਣੇ ਕਸਟਮਰਸ ਨੂੰ ਅਸੀਂ ਪੁਰਾਣੇ ਵੀ ਲਾ ਦਿੰਦੇ ਹਾਂ ਅਤੇ ਕਦੇ ਕਿਸੇ ਨੇ ਮਾਈਂਡ ਨਹੀਂ ਕੀਤਾ ਕਿਉਂਕਿ ਤੁਸੀਂ ਤਾਂ ਖੋਲ੍ਹ ਕੇ ਸੂਟ ਸਵਾ ਹੀ ਲੈਣਾ ਅਤੇ ਉਹ ਫਿਰ ਐਵੇਂ ਵੇਸਟ ਹੁੰਦੀ ਹੈ ਹੈ ਨਾ ਅਤੇ ਲਓ ਜੀ ਆਹ ਤੁਹਾਨੂੰ ਮਿਲੂਗਾ ਖੂਬਸੂਰਤ ਜਿਹਾ ਜੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੁੰਦਾ ਬੇਸ਼ੱਕ ਸਾਨੂੰ ਮੈਂਸ਼ਨ ਕਰਦਿਆ ਕਰੋ ਜੀ ਨਵੇਂ ਲਿਫਾਫੇ 'ਚ ਪਾਇਓ ਠੀਕ ਹੈ ਕਈ ਵਾਰ ਆਪਾਂ ਕਿਸੇ ਨੂੰ ਦੇਣਾ ਹੁੰਦਾ ਫਿਰ ਲਿਫਾਫੇ ਦੀ ਪ੍ਰੋਬਲਮ ਹੋ ਜਾਂਦੀ ਬਸ ਤੁਸੀਂ ਜਦੋਂ ਖੋਲ੍ਹ ਲਿਆ ਤੁਹਾਡਾ ਲਿਫਾਫਾ ਤਾਂ ਵੇਸਟ ਹੋ ਜਾਣਾ ਉਹ ਤੋਂ ਬਾਅਦ ਦੁਬਾਰਾ ਉਸੇ ਪ੍ਰੋਪਰ ਤਰੀਕੇ ਨਾਲ ਬੰਦ ਹੀ ਨਹੀਂ ਹੁੰਦਾ ਠੀਕ ਹੈ ਇਸ ਕਰਕੇ ਲਿਫਾਫਾ ਤਾਂ ਜ਼ਿਆਦਾ ਮਾਈਂਡ ਨਾ ਕਰਿਓ ਲਓ ਜੀ ਦੇਖੋ ਡਸਟੀ ਫਿਰੋਜ਼ੀ ਜਿਹਾ ਹਾਂਜੀ ਅਤੇ ਉਹਦੇ ਉੱਤੇ ਖੂਬਸੂਰਤ ਵਰਕ ਸਟਾਈਲ ਦੇਖੋ ਤੁਸੀਂ ਹਾਂ ਅਤੇ ਆਹ ਤੁਹਾਨੂੰ ਮਿਲੂ ਦੁਪੱਟਾ ਦੇਖੋ ਕਿੰਨਾ ਪਿਆਰਾ ਪਤਲੀ ਵਾਲੀ ਮਸਲੀਨ ਹੈ ਪਹਿਲਾਂ ਨੋਟ ਕਰਾ ਰਹੇ ਹਾਂ ਤੁਹਾਨੂੰ ਅਸੀਂ ਸਾਰੀ ਚੀਜ਼ ਠੀਕ ਹੈ ਅਤੇ ਆਹ ਤੁਹਾਨੂੰ ਮਿਲ ਰਿਹਾ ਵਰਕ ਦੇਖੋ ਭਰਿਆ ਪਿਆ ਸੂਟ ਵਿੱਚ ਨਾ ਇੱਕ ਇਹਦੇ
ਜਰੀ ਥਰੈਡ ਜਿਹਾ ਵੀ ਚੱਲਿਆ ਹੋਇਆ, ਇਹਦੇ ਚ ਵੀ ਚੱਲਿਆ, ਇਹਦੇ ਚ ਵੀ ਚੱਲਿਆ, ਉਹਨੇ ਇਹਨੂੰ ਬੜੀ ਹਲਕੀ ਜਿਹੀ ਲਸਟਰ ਦਿੱਤੀ ਹੈ, ਬਹੁਤ ਸੋਹਣੀ ਅਤੇ ਗਰਲਿਸ਼ ਲੁੱਕ ਵੀ ਆ ਰਹੀ ਹੈ, ਕਿਉਂਕਿ ਸਟਾਈਲ ਇਸ ਤਰ੍ਹਾਂ ਦਾ ਸੂਟ ਦਾ, ਅਤੇ ਪ੍ਰਾਈਸ ਮਿਲ ਰਿਹਾ ਸਿਰਫ ਤੁਹਾਨੂੰ 2970 ਕਰੱਸ਼ ਕੋਟਨ ਹੋਊਗੀ, ਬਹੁਤ ਪਿਆਰਾ ਫੈਬਰਿਕ ਹੁੰਦਾ ਕਰੱਸ਼ ਕੋਟਨ, ਦੋ ਹਾਂਜੀ ਉਹ ਸਾਡੇ ਨਿਕਲ ਚੁੱਕੇ ਆਫਲਾਈਨ, ਉਹ 'ਚ ਦੋ ਹੀ ਡਿਜ਼ਾਈਨ ਉਹ ਵਾਲੇ ਸੀ, ਹੁਣ ਅਗਲਾ ਵੀ ਕਰੱਸ਼ ਕੋਟਨ ਦਾ ਹੀ ਦੇਵਾਂਗੇ, ਇਹਦਾ ਡਿਜ਼ਾਈਨ ਚੇਂਜ ਹੈ, ਲਓ ਜੀ ਇਹ ਵੀ ਸਾਰਾ ਥਰੈਡ ਵਰਕ ਹੈ, ਕੋਈ ਪ੍ਰਿੰਟ ਨਹੀਂ ਇਹਦੇ 'ਚ, ਠੀਕ ਹੈ, ਰਾਮਟੈਕਸ ਬ੍ਰੈਂਡ ਦੀ ਕਰੱਸ਼ ਕੋਟਨ ਹੈ, ਅਤੇ ਨੀਚੇ ਫਿਰ ਆ ਕੇ ਇੱਦਾਂ ਫਿਰ ਫੁੱਲ ਆ ਗਏ, ਤਿੰਨ ਕੁ ਫਿਰ ਘੇਰਾ ਆ ਗਿਆ, ਸਾਰਾ ਵਰਕ ਹੀ ਹੈ, ਬਹੁਤ ਸਟਾਈਲ ਦੇ ਵਿੱਚ ਵਰਕ ਹੋਇਆ ਹੋਇਆ, ਅਤੇ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ, ਠੀਕ ਹੈ, ਕਰੱਸ਼ ਕੋਟਨ ਹੋਊਗੀ, ਅਤੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਇਹ ਵਾਲਾ, ਲਓ ਜੀ ਛੱਡਣ ਵਾਲਾ ਕੋਈ ਸੂਟ ਨਹੀਂ, ਮਾੜਾ ਜਿਹਾ ਵੀ ਮਨ ਬਣਦਾ ਨਾ ਫਿਰ ਨਾਲ ਦੀ ਨਾਲ ਪਿੱਕ ਕਰ ਲੈਣਾ, ਇੰਨੀਆਂ ਪਿਆਰੀਆਂ ਚੀਜ਼ਾਂ ਆਉਣੀਆਂ ਤੁਹਾਡੇ ਕੋਲ, ਲਓ ਦੇਖੋ ਸਾਰਾ 4 ਸਾਈਡ ਵਿੱਚੋਂ, ਪਹਿਲਾਂ ਤਾਂ ਇਹ ਅਲੱਗ ਕਲਰ ਦਾ ਇੱਕ ਜਿਹੜਾ ਇਹਦੇ 'ਚ ਕਿਹੜਾ ਰੰਗਾ ਜਿਹਾ ਰੰਗ ਯੂਜ਼ ਹੋਇਆ ਉਹਦੇ ਨਾਲ ਦਾ ਇਹ ਪੀਸ ਲਗਾ ਕੇ ਲੇਸ ਦੇ ਨਾਲ, ਅਤੇ ਉਹਦੇ ਉੱਤੇ ਸਟਾਈਲ ਦੇ ਵਿੱਚ ਬ੍ਰੱਸ਼ ਪੇਂਟ ਜਿਹਾ ਕੀਤਾ ਹੋਇਆ, ਠੀਕ ਹੈ, ਜਿਹੜਾ ਵਿੱਚ ਵਾਲਾ ਬੇਸ ਕਲਰ ਦੇ ਨਾਲ ਦਾ ਸਕਾਈ ਬਲੂ ਜਿਹਾ, ਉਹਦੇ ਵਿੱਚ ਦੇਖੋ 4 ਸਾਈਡ ਬੇਲ ਬਣੀ ਗਈ ਹੈ, ਸਾਰੇ ਪਾਸੇ ਵਿੱਚ ਨਿੱਕੇ ਨਿੱਕੇ ਫੁੱਲ ਬਣੇ ਗਏ, ਅਤੇ ਸਕਾਈ ਬਲੂ ਲੇਸ ਲੱਗੀ ਹੈ ਕੋਟਨ ਦੀ, ਠੀਕ ਹੈ, ਪ੍ਰਾਈਸ ਮਿਲਣਾ ਤੁਹਾਨੂੰ ਇੰਨੇ ਖੂਬਸੂਰਤ ਸੂਟ ਦਾ, ਮਸਲੀਨ ਦਾ ਦੁਪੱਟਾ ਹੈ, ਠੀਕ ਹੈ, 2390, ਓ ਮਾਈ ਗੋਡ 2390 'ਚ ਤੁਹਾਡੇ ਇੰਨਾ ਪਿਆਰਾ ਸੂਟ ਤੁਹਾਡੇ ਘਰ ਆ ਜਾਣਾ, ਮਿੰਟ ਇੱਕ ਹੀ ਲਾਉਣਾ, ਸੋਚਣ 'ਤੇ ਟਾਈਮ ਨਾ ਲਾਇਓ, ਤਿਉਹਾਰ ਸਿਰ 'ਤੇ ਖੜ੍ਹੇ ਹੈ, ਮੂੰਹਾਂ ਧੀਆਂ ਲਈ ਕੁੜਮਾਂ ਲਈ, ਠੀਕ ਹੈ ਜੀ, ਚੀਜ਼ਾਂ ਤਾਂ ਆਪਾਂ ਦੇ ਰਹੀਆਂ ਹੀ ਹੈ, ਆਈਟਮਾਂ ਤੁਹਾਨੂੰ ਬਹੁਤ ਸੋਹਣੀਆਂ ਦੇ ਰਹੀਆਂ, ਪ੍ਰੈਜੈਂਟੇਬਲ ਚੀਜ਼ਾਂ ਨੇ ਇਹ, ਠੀਕ ਹੈ, ਲਓ ਉੱਪਰੋਂ ਦੀ ਜਦੋਂ ਅਗਲੇ ਨੇ ਰਾਮਟੈਕਸ ਦਾ ਲੋਗੋ ਦੇਖਣਾ ਤਾਂ ਰੂਹ ਖੁਸ਼ ਹੋ ਜਾਣੀ ਹੈ ਬੰਦੇ ਦੀ, ਦੇਖੋ ਜੀ ਦੱਸੋ ਕੀ ਬੋਲਾਂ ਮੈਂ, ਸਾਰਾ ਕੁਛ ਸੂਟ ਆਪਣੇ ਆਪ ਐਕਸਪਲੇਨ ਕਰ ਰਿਹਾ, ਇਹ ਲੋਗੋ ਲੱਥ ਗਿਆ ਨਾ, ਇਹ ਸੂਟ 'ਤੇ ਲੋਗੋ ਲੱਥ ਗਿਆ ਬਈ, ਫਿਰ ਨਾ ਕਿ ਹੋ ਵੀ ਸਾਡੇ ਕੋਲ ਲੋਗੋ ਨਹੀਂ ਸੀਗਾ ਸੂਟ ਦੇ ਉੱਤੇ, ਉਹ ਦੂਜੇ ਉੱਤੇ ਸੀਗਾ, ਇਹਦੇ ਉੱਤੇ ਕਿਤੇ ਰਹਿ ਗਿਆ ਲੱਗਣ ਤੋਂ, ਉਹਨੂੰ ਲੱਥਿਆ ਤਾਂ ਨਹੀਂ ਹੋਣਾਗਾ, ਲੱਗਣ ਤੋਂ ਹੀ ਨਹੀਂ ਰਹਿ ਗਿਆ ਹੋਣਾ, ਜਿਹੜਾ ਤੁਹਾਨੂੰ ਸਕਾਈ ਬਲੂ ਦਿਖਾਇਆ ਉਹਦੇ ਨਾਲ ਦਾ ਸੇਮ, ਠੀਕ ਹੈ, ਆ ਲਓ ਜੀ ਆ ਤੁਹਾਨੂੰ ਮਿਲੂਗਾ ਪੁੱਠੀ ਬੋਲਦੀ, ਆ ਤੁਹਾਨੂੰ ਮਿਲੂਗਾ ਦੁਪੱਟਾ, ਠੀਕ ਹੈ, ਬਹੁਤ ਪਿਆਰੀ ਚੀਜ਼ ਆਉਣੀ ਹੈ, ਪ੍ਰਾਈਸ ਮਿਲੂਗਾ ਸਿਰਫ 2390, 2390 'ਚ ਸੂਟ ਤੁਹਾਡੇ ਘਰ ਆ ਜਾਣਗੇ, ਲਓ ਜੀ ਇੱਕ ਹੋਰ ਖੂਬਸੂਰਤ ਸੂਟ ਦਿਖਾਉਣੇ ਤੁਹਾਨੂੰ, ਲਓ ਜੀ ਕੈਮਰਿਕ ਕੋਟਨ, ਪਿਓਰ ਕੈਮਰਿਕ, ਪੂਰਾ ਸੋਲਿਡ ਫੈਬਰਿਕ ਆਊਗਾ, ਠੀਕ ਹੈ, ਬਹੁਤ ਖੂਬਸੂਰਤ ਪ੍ਰਿੰਟਿੰਗ ਬਰੀਕ ਬਰੀਕ ਜੀ, ਅਤੇ ਇੱਕ ਫੁੱਲ ਗਲੇ ਕੋਲ ਆਊਗਾ, ਅਤੇ ਇੱਕ ਆ ਦੋ ਫੁੱਲ ਤੁਹਾਡੇ ਘੇਰੇ ਤੋਂ ਜਸਟ ਉੱਪਰ, ਅਤੇ ਫਿਰ ਘੇਰਾ, ਸਾਰਾ ਥਰੈਡ ਵਰਕ ਹੋਇਆ ਹੋਇਆ, ਸੋਲਿਡ ਸਿੰਗਲ ਥਰੈਡ ਦਾ ਵਰਕ ਹੈ ਸਾਰਾ, ਐਨ ਗੱਡਵਾਂ, ਆਹ ਕਟਾਂ ਤੁਸੀਂ ਆਪਣੇ ਟੇਲਰ ਤੋਂ ਕਢਾਉਣੀ ਚਾਹੋ ਐਵੇਂ ਕਟਾ ਲਿਓ, ਨਹੀਂ ਤਾਂ ਤੁਸੀਂ ਇੱਦਾਂ ਰੱਖਣਾ ਤਾਂ ਇੱਦਾਂ ਰੱਖ ਸਕਦੇ ਹੋ, ਠੀਕ ਹੈ ਜੀ, ਅਤੇ ਨਾਲ ਇਹਦੇ ਤੁਹਾਨੂੰ ਬੋਟਮ ਮਿਲੂਗੀ 3 ਮੀਟਰ ਦੀ ਨੇਵੀ ਬਲੂ, ਠੀਕ ਹੈ, ਕੋਈ ਲਾਈਨਿੰਗ ਨਹੀਂ, ਕੋਈ ਸੀ ਥੋੜ੍ਹੀ, ਠੀਕ ਹੈ, ਮੌਸਮ ਚੇਂਜ ਹੋ ਰਿਹਾ, ਬਹੁਤ ਸੋਹਣੇ ਲੱਗਣੇ ਸੌਣ ਭਾਦੋਂ ਦੀ ਬੁੜੇ ਕੱਪੜੇ ਬਹੁਤ ਅੱਛੇ ਲੱਗਦੇ ਹੁੰਦੇ ਆ, ਆਹ ਤੁਹਾਨੂੰ ਮਿਲੂ ਇਹਦੇ ਨਾਲ ਪਿਓਰ ਦਾ ਦੁਪੱਟਾ, ਪਹਿਲਾਂ ਮੈਂ ਦੂਰੇ ਦਿਖਾ ਦਿੰਦੀ ਹਾਂ, ਦੇਖੋ ਕਿੰਨਾ ਪੜ੍ਹਿਆ ਲਿਖਿਆ ਜਿਹਾ ਸਟਾਈਲ ਹੈ ਦੁਪੱਟੇ ਦਾ, ਠੀਕ ਹੈ, ਅਤੇ ਹੁਣ ਤੁਹਾਨੂੰ ਸਿੰਗਲ ਕਰਕੇ ਦਿਖਾਉਣੀ ਹੈ, ਲਓ ਅਤੇ ਪ੍ਰਾਈਸ ਮਿਲਣਾ ਹੈ, ਲੇਸ ਲੱਗੀ ਹੋਈ ਹੈ, ਠੀਕ ਹੈ, 2.5 ਮੀਟਰ ਦਾ ਦੁਪੱਟਾ ਹੋਊਗਾ ਪਿਓਰ ਦਾ, ਪਿਓਰ ਸ਼ਿਫੋਨ ਹੈ, ਅਤੇ ਪ੍ਰਾਈਸ ਮਿਲਣਾ ਤੁਹਾਨੂੰ ਸਿਰਫ 2090, 2090 'ਚ ਸੂਟ ਤੁਹਾਡੇ ਘਰ, ਠੀਕ ਹੈ, ਲਓ ਜੀ ਨੈਕਸਟ ਇਹਦੇ 'ਚ ਜੀ ਮਿੱਠਾ ਗ੍ਰੇ ਕਲਰ, ਬਹੁਤ ਸੋਹਣਾ ਜਿਹਾ ਗ੍ਰੇ ਕਲਰ ਹੈ, ਥੋੜ੍ਹਾ ਜਿਹਾ ਹੋਰ ਖੋਲ ਦਿੰਦੀ ਹਾਂ,
ਠੀਕ ਹੈ, ਕੋਈ ਵੀ ਏਜ ਗਰੁੱਪ ਹੈ ਹਰ ਕਿਸੇ ਨੂੰ ਸੂਟ ਕਰਦਾ। ਠੀਕ ਹੈ, ਲਓ ਜੀ ਇਹਦੇ 'ਚ ਆਹ ਤੁਹਾਨੂੰ ਗ੍ਰੇ ਕਲਰ ਡਾਰਕ ਗ੍ਰੀਨ ਜਿਹਾ, ਠੀਕ ਵਿੱਚ ਉਹਦੇ ਹਲਕੀ ਹਲਕੀ ਪ੍ਰਿੰਟਿੰਗ ਵੀ ਹੈ, ਬਿਲਕੁਲ ਸੀ ਥਰੂ ਨਹੀਂ, ਕੋਈ ਲਾਈਨਿੰਗ ਨਹੀਂ, ਕੋਈ ਕੁਛ ਨਹੀਂ, ਸੂਟ ਆਰਾਮ ਨਾਲ ਸਮੋਲੇ 'ਤੇ ਪਾਉਣਾ ਹੈ ਪਿਓਰ ਦੇ ਦੁਪੱਟੇ ਦੇ ਨਾਲ। ਠੀਕ ਹੈ, ਲੇਸ ਨਾਲ ਰੈਡੀ ਹੈ ਅਤੇ ਪ੍ਰਾਈਸ ਮਿਲਣਾ ਹੈ 2090। ਨੈਕਸਟ ਬਲੈਕ, ਪਹਿਲੇ ਨੰਬਰ 'ਤੇ ਜਿਹੜਾ ਤੁਹਾਨੂੰ ਸੂਟ ਦਿਖਾਇਆ ਸੀਗਾ ਉਹ ਬਲੂ ਸੀਗਾ, ਫਿਰ ਗ੍ਰੇ ਦਿਖਾਇਆ ਅਤੇ ਹੁਣ ਆ ਗਿਆ ਬਲੈਕ। ਠੀਕ ਹੈ ਜੀ, ਪ੍ਰਿੰਟ ਸਭ ਦਾ ਸੇਮ ਹੈ, ਬਸ ਉਠਾ ਅਲੱਗ ਅਲੱਗ ਹੈ, ਹਰ ਕਿਸੇ ਦੀ ਚੋਇਸ ਹੈ। ਇੱਕ ਮਿੰਟ 'ਚ ਖਰੀਦਣ ਵਾਲੀਆਂ ਚੀਜ਼ਾਂ ਨੇ, ਸੋਚਣ ਦੀ ਲੋੜ ਨਹੀਂ, ਬਹੁਤ ਨਜ਼ਾਰਾ ਸੂਟ ਆਉਣੇ ਤੁਹਾਡੇ ਕੋਲ। ਅਤੇ ਆਹ ਤੁਹਾਨੂੰ ਮਿਲੂਗਾ ਬੋਟਮ 3 ਮੀਟਰ ਦਾ, ਅਤੇ ਇਹ ਮਿਲੂਗਾ ਦੁਪੱਟਾ 2.5 ਮੀਟਰ ਦਾ ਪਿਓਰ ਦਾ, ਲੇਸ ਲੱਗੀ ਹੈ, ਕੰਪਲੀਟ ਹੈ ਸੂਟ, ਪ੍ਰਾਈਸ ਮਿਲ ਰਿਹਾ 2090। ਇਹ ਸੀ ਸਾਡੀ ਅੱਜ ਦੀ ਕਲੈਕਸ਼ਨ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਵੇਗੀ। ਲਾਈਕ ਸ਼ੇਅਰ ਅਤੇ ਕਮੈਂਟ ਬਿਲਕੁਲ ਨਹੀਂ ਭੁੱਲਣਾ, ਸ਼ੇਅਰ ਤਾਂ ਬਿਲਕੁਲ ਨਹੀਂ ਭੁੱਲਣਾ, ਠੀਕ ਹੈ ਜੀ, ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੀ ਹੈਲਪ ਹੋ ਜਾਂਦੀ ਹੈ, ਇਹ ਜ਼ਰੂਰ ਕਰਦਿਆ ਕਰੋ, ਸਾਡੀ ਵੀ ਹੈਲਪ ਹੋ ਜਾਂਦੀ ਹੈ। ਠੀਕ ਹੈ ਜੀ, ਅਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ, ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ, ਔਰ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਖੂਬਸੂਰਤ ਵਰਾਇਟੀ ਲੈ ਕੇ ਮਿਲਾਂਗੇ।